With your support, we can raise your voice globally. With your support, we can address those issues that no other media talks about. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are, and connect our youth to Sikhi. And it's just um, you know representative of a, a culture that's all about peace. Support your TV channel. And help us take your voices to everyone around the world for every human rights issue. United States, French, European courts, United Nations Human Rights Committee. All of this is only possible with your generous donations. Continue your support to us and let's go further together. To donate today, Please log on to our website, www.tv84.tv, and donate via PayPal on our website. Or you can mail us your donations to TV 84 36 01 37th Avenue, Long Island City, New York 11101. ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ শ্রোਤਿਆਂ ਦਾ दिली ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਦੇਸ਼ਾਂ ਵਿੱਚ ਬੈਠ ਕੇ ਦੇਖ ਤੇ ਸੁਣ ਰਹੇ ਨੇ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਨਾ ਸਟੂਡੀਓ ਵਿੱਚ ਮੌਜੂਦ ਨੇ ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਾਹਿਬ ਪ੍ਰੋਗਰਾਮ ਸੱਚੋ ਸੱਚ ਵਿੱਚ ਸ਼ੁਕਰੀਆ ਜੀ ਡਾ ਸਾਹਿਬ ਅੱਜ ਡੇਟ ਹੈਗੀ 17 ਮਈ 2016 ਤਿੰਨ ਜੇਠ ਨਾਨਕਸਾਹਿਬ ਸੰਮਤ 548 ਦਾ ਦਿਨ ਹੈ ਤੇ ਡਾ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੱਜ ਬੜੀ ਹੀ ਅਫਸੋਸਜਨਕ ਤੇ ਦੁਖਦਾਈ ਘਟਨਾ ਵਾਪਰੀ ਜਿਸ ਵਿੱਚ ਸੰਤ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਉੱਪਰ ਬਹੁਤ ਹੀ ਕਾਤਲਾਨਾ ਹਮਲਾ ਹੋਇਆ ਜਿਦੇ ਵਿੱਚ ਉਹ ਬਾਲ-ਬਾਲ ਬਚ ਗਏ ਨੇ ਬਟ ਉਹਨਾਂ ਦੇ ਜਿਹੜੇ ਸਾਥੀ ਸਨ ਸੰਤ ਬਾਬਾ ਭੁਪਿੰਦਰ ਸਿੰਘ ਜੀ ਉਹਨਾਂ ਦੀ ਮੌਕੇ ਤੇ ਮੌਤ ਹੋ ਚੁੱਕੀ ਹੈ ਤੇ ਇਸ ਘਟਨਾ ਨੇ ਸਾਰੇ ਸਿੱਖ ਜਗਤ ਨੂੰ ਮੋਤ ਹੀ ਕਾਇਲ ਉਹਨਾਂ ਦੇ ਦਿਲ ਜਿਹੜੇ ਕਾਇਲ ਕੀਤੇ ਨੇ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਸ ਘਟਨਾ ਪਿੱਛੇ ਇਸ ਹਮਲੇ ਪਿੱਛੇ ਕਿਸ ਦਾ ਹੱਥ ਹੈ ਤੇ ਇਸ ਦਾ ਕਾਰਨ ਕੀ ਹੈ ਇਸ ਹਮਲੇ ਦਾ ਅ ਦੇਖੋ ਜਦੋਂ ਅਸੀਂ ਕੱਲ ਦਾ ਪ੍ਰੋਗਰਾਮ ਕਰਕੇ ਘਰ ਪਹੁੰਚੇ ਤੇ ਪਹਿਲਾਂ ਹੀ ਇੱਕ ਦੋ ਕਾਲਾਂ ਔਰ ਅੱਜ ਆਲਮੋਸਟ ਜਦੋਂ ਤੱਕ ਇਹ ਖਬਰ ਆਈ ਉਸ ਤੋਂ ਪਹਿਲਾਂ ਵੀ ਕੁਝ ਕਾਲਾਂ ਸਨ ਜਿਹਦੇ ਚ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਤੁਸੀਂ ਅੱਜ ਨੁਕਤਾ ਡਿਸਕਸ ਕੀਤਾ ਹੈ ਕੱਲੋ ਦੇ ਪ੍ਰੋਗਰਾਮ 'ਚ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਜਿਹੜਾ ਸਿੱਖਾਂ ਦਾ ਇਮੇਜ ਬਾਹਰਲੇ ਮੁਲਕਾਂ ਦੇ ਵਿੱਚ ਉੱਭਰ ਰਿਹਾ ਹੈ ਪੰਜਾਬ ਦੇ ਵਿੱਚ ਕਿਉਂਕਿ ਮਈ ਅੱਧ ਆ ਗਿਆ ਹੈ ਔਰ ਕੱਲੋ ਕਹੜਾ ਹਫਤਾ ਆਉਣ ਵਾਲਾ ਹੈ ਜੂਨ ਦਾ ਪਹਿਲਾ ਹਫਤਾ ਜੀ ਔਰ ਅਸੀਂ ਕੱਲ ਵੇਰਵੇ ਨਾਲ ਡਿਸਕਸ ਕੀਤਾ ਸੀ ਕਿ ਸਾਰੇ ਦੇ ਵਿੱਚ ਕਿਵੇਂ ਮਾਹੌਲ ਨੂੰ ਹਿੰਸਕ ਬਣਾਉਣ ਦੇ ਲਈ ਏਜੰਸੀਆਂ ਰੂਰ ਅਦਾ ਕਰ ਰਹੀਆਂ ਨੇ ਔਰ ਖਾਸ ਤੌਰ ਤੇ ਪਰਮਜੀਤ ਸਿੰਘ ਖਾਲਸਾ ਜਿਹੜਾ ਕਿ ਇੱਕ ਜਾਲੀ ਜਿਹਾ ਬੰਦਾ ਇਹਨਾਂ ਨੇ ਰੱਖਿਆ ਹੋਇਆ ਹੁਣ ਕੋਈ ਪਹਿਲਾਂ ਮਹਤੇ ਚਾਵਲੇ ਦੇ ਨਾਲ ਹੁਣ ਵੀ ਉਹਨਾਂ ਦੇ ਨਾਲ ਹੀ ਹੈ ਪਰ ਉਹ ਬਿਆਨਬਾਜ਼ੀਆਂ ਕਰਾਉਣ ਲਈ ਕੋਈ ਹੋਰ ਨੈਟਵਰਕ ਬਣਾ ਦਿੰਦੇ ਨੇ ਉਸ ਵੱਲੋਂ ਜਿਹੜਾ ਇੱਥੇ 50000 ਡਾਲਰ ਦੇ ਇਨਾਮ ਦੇ ਕੇ ਹਿੰਸਾ ਨੂੰ ਵਧਾਵਾ ਦੇਣ ਦੀ ਗੱਲ ਔਰ ਇਹ ਸਾਰੇ ਨੂੰ ਜਿਹੜੇ ਹਾਲਾਂਕਿ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਉਹ ਖੁਦ ਹੀ ਬਹੁਤ ਕੁਝ ਜਾਣਦੇ ਨੇ ਲੇਕਿਨ ਉਹਨਾਂ ਨੂੰ ਵੀ ਲੱਗਾ ਕਿ ਵੀ ਇਹ ਜਿਹੜੀ ਤੁਸੀਂ ਜਿਸ ਤਰੀਕੇ ਨਾਲ ਅੱਜ ਇਹ ਸਾਰੀ ਸਥਿਤੀ ਨੂੰ ਇੱਕ ਥਾਂ ਤੇ ਪੁੱਟ ਕੀਤਾ ਹੈ ਇਸ ਬਾਰੇ ਸਿੱਖਾਂ ਨੂੰ ਜਾਣਕਾਰੀ ਦੇਣੀ ਪਈ ਜ਼ਰੂਰੀ ਹੈ ਉਹਦੇ ਨਾਲ ਲੱਗਦੇ ਕਿਉਂਕਿ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਨਰਕਤਾਰੀ ਜਿਹੜਾ ਗੁਰਬਚਨੇ ਦਾ ਮੁੰਡਾ ਮਾਰਿਆ ਗਿਆ ਹਰਦੇਵ ਭੋਲਾ ਉਸ ਦੇ ਨੂੰ ਲੈ ਕੇ ਕਿਵੇਂ ਅਰਵਿੰਦ ਕੇਜਰੀਵਾਲ ਨੇ ਪ੍ਰੈਸ ਕਾਨਫਰੰਸ ਕੀਤਾ ਕਿ ਜੀ ਅਸੀਂ ਜਦੋਂ ਸਾਡੀ ਸਰਕਾਰ ਪੰਜਾਬ 'ਚ ਬਣ ਗਈ ਅਸੀਂ ਕਿਸੇ ਸੂਟੇਬਲ ਥਾਂ ਦੇ ਉੱਤੇ 100 ਕਰੋੜ ਰੁਪਇਆ ਖਰਚ ਕੇ ਜਿਹੜਾ 250 ਫੁੱਟ ਉੱਚਾ ਜਿਹੜਾ ਉਹ ਬੋਤਲਾਵਾਂਗੇ ਔਰ ਉਹ ਬਹੁਤ ਵੱਡੀ ਰੋਹਾਨੀਅਤ ਵਾਲੀ ਜਿਹੜੀ ਹੈ ਸ਼ਖਸੀਅਤ ਸਨ ਜੀ ਸੋ ਜਦੋਂ ਅਸੀਂ ਇਹਨਾਂ ਸਾਰੀਆਂ ਘਟਨਾਵਾਂ ਨੂੰ ਹੀ ਇਹਨੇ ਜਿਹਨੂੰ ਤੁਸੀਂ ਕਹਿੰਦੇ ਹੋ ਵੀ ਇੱਕ ਦੂਜੇ ਨਾਲ ਜੋੜ ਕੇ ਦੇਖਿਆ ਤੈਮੈਨੂੰ ਨਜ਼ਰ ਆਇਆ ਕਿ ਵੀ ਇਹ ਜਿਹੜਾ ਸਾਰਾ ਹੀ ਪਾਰਟ ਹੈ ਅਸੀਂ ਪਹਿਲਾਂ ਤੁਸੀਂ ਸਮਝਦੇ ਆ ਕਿ ਕਿਵੇਂ ਆਮ ਆਦਮੀ ਪਾਰਟੀ ਆਰਐਸਐਸ ਦੀ ਅੰਡਰਸਟੈਂਡਿੰਗ ਹੋਈ ਹੈ ਬੇਸ਼ੱਕ ਮੋਢਲੇ ਤੌਰ ਤੇ ਕ੍ਰਿਟਿਕ ਸੀ ਹਿੰਦੂ ਆਈਡੀਓਲੋਜੀ ਦਾ ਪਰ ਅਲਟੀਮੇਟਲੀ ਜਦੋਂ ਇੱਕ ਵਾਰੀ ਪਾਵਰ ਮਿਲਦੀ ਹੈ ਤੁਸੀਂ ਉਸ ਪਾਸੇ ਵੱਲ ਤੁਰਦੇ ਹੋ ਜੀ ਪਰ ਹੁਣ ਇੱਕ ਪਾਸੇ ਏਜੰਸੀਆਂ ਨੇ ਜਿੱਥੇ ਕੇਜਰੀਵਾਲ ਲਾਈਨ ਨੂੰ ਦੇਸ਼ ਵਿਦੇਸ਼ ਪ੍ਰਮੋਟ ਕਰਕੇ ਇੱਕ ਵੱਡਾ ਹਿੱਸਾ ਸਾਡਾ ਵੀ ਬਾਹਰ ਜਿਹੜਾ ਹੈ ਉਹ ਇਸ ਸਾਰੀ ਹਨੇਰੀ ਦੇ ਵਿੱਚ ਰੁੱੜ ਰਿਹਾ ਹੈ ਉੱਥੇ ਕਿਉਂਕਿ ਜਦੋਂ ਤੁਸੀਂ ਏਜੰਸੀਆਂ ਦਾ ਕੰਮਕਾਰ ਦੇਖਦੇ ਹੋ ਉਹ ਇੱਕੋ ਵੇਲੇ ਇੱਕ ਮਾਡਲ ਤੇ ਨਹੀਂ ਕੰਮ ਕਰ ਰਹੀਆਂ ਹੁੰਦੀਆਂ ਜੀ ਬਿਲਕੁਲ ਪਹਿਲਾਂ ਤਾਂ ਇਹ ਹੁੰਦਾ ਵੀ ਐਂਡ ਰਿਜ਼ਲਟ ਉਹ ਕੀ ਚਾਹੁੰਦੇ ਨੇ ਐਂਡ ਰਿਜ਼ਲਟ ਸਾਹਮਣੇ ਹੈ ਕਿ ਭਈ ਹੁਣ 32 ਸਾਲ 33 ਸਾਲ ਆਲਮੋਸਟ 80 ਦੇ ਦੌਰ ਨੂੰ ਬੀਤੇ ਨੇ ਔਰ ਸਿੱਖ ਉਹ ਸਾਰੇ ਚੋਂ ਰਿਕਵਰ ਵੀ ਕਿਸੇ ਹੱਦ ਤੱਕ ਹੋਏ ਔਰ ਬਾਹਰ ਦੀ ਗਲੋਰੀ ਵੀ ਹੈ ਪੰਜਾਬ ਦੇ ਵਿੱਚ ਵੀ ਜਿਸ ਤਰੀਕੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਬੇਦਵੀਂ ਦੀਆਂ ਘਟਨਾਵਾਂ ਤੋਂ ਬਾਅਦ ਜਿਹੜਾ ਖਾਸ ਤੌਰ ਦੇ ਉੱਤੇ ਇੱਕ ਨਵਾਂ ਉਭਾਰ ਆਇਆ ਹੈ ਸਰਬਤ ਖਾਲਸਾ ਚਬੇ ਚ 5 ਲੱਖ ਸੇ ਖਾਪ ਮੁਹਾਰੇ ਪਹੁੰਚੇ ਔਰ ਇਸ ਵੇਲੇ ਭਾਵੇਂ ਉੱਥੇ ਬਹੁਤ ਹੱਦ ਤੱਕ ਇੱਕ ਪਾਸੇ ਆਤਮ ਖਾਤਾਂ ਦਾ ਦੌਰ ਚਲਾਇਆ ਹੋਇਆ ਹੈ ਕਿਉਂਕਿ ਕਿਸਾਨਾਂ ਨੂੰ ਡਿਪਰਾਈਵ ਕੀਤਾ ਹੈ ਉਹਨਾਂ ਦੇ ਮੁੱਢਲੇ ਜਿਹੜੇ ਉਹਨਾਂ ਦੇ ਪ੍ਰੋਡਿਊਸ ਨੇ ਉਹਨਾਂ ਦੇ ਬਾਏਰ ਨਹੀਂ ਨੇ ਔਰ ਕਿਸ ਤਰੀਕੇ ਨਾਲ ਹਰ ਚੀਜ਼ ਉਹਨਾਂ ਦੀ ਜਿੰਸ ਰੁਲਦੀ ਹੈ ਪਰ ਏਜੰਸੀਆਂ ਦਾ ਜਿਹੜਾ ਡਾਈਵਰਸਿਫਾਈਡ ਮਾਡਲ ਹੁੰਦਾ ਹੈ ਉਹਦੇ ਚੋਂ ਇੱਕੋ ਵੇਲੇ ਕਈ ਘੋੜੇ ਜਿਹੜੇ ਨੇ ਉਹ ਛੱਡ ਦਿੰਦੇ ਨੇ ਜੀ ਔਰ ਦੂਸਰਾ ਪੱਖ ਕਿਉਂਕਿ ਜਦੋਂ ਜਿਉਂ-ਜਿਉਂ 2017 ਦੀ ਐਸੈਂਬਲੀ ਚੋਣਾਂ ਦੀ ਗੱਲ ਨੇੜੇ ਆ ਰਹੀ ਹੈ ਜ਼ਾਹਰ ਹੈ ਕਿ ਬਾਦਲ ਐਂਡ ਭਾਜਪੀ ਕਿਉਂਕਿ ਇੱਕ ਸਟੇਜ ਤੇ ਭਾਜਪੀ ਜਾਂ ਆਰਐਸਐਸ ਨੂੰ ਲੱਗਦਾ ਸੀ ਕਿ ਆਫ ਇਟਸ ਓਨ ਇਹ ਪੰਜਾਬ ਨੂੰ ਗ੍ਰੈਬ ਕਰ ਸਕਦੇ ਨੇ ਫਿਰ ਇਹਨਾਂ ਨੂੰ ਲੱਗਾ ਕਿ ਵੀ ਨਹੀਂ ਇਹ ਭਾਵੇਂ ਥੋੜਾ ਬਹੁਤ ਅੱਖਾਂ ਵੀ ਦਿਖਾਂਦਾ ਪਰ ਹੈ ਦੇ ਕਿ ਲੈ ਦੇ ਕਿ ਜਿਹੜਾ ਸਾਡਾ ਹੀ ਕੋੜ ਹੈ ਬਾਦਲ ਜੀ ਔਰ ਇਹ ਤਾਂ ਸਾਡੇ ਨਾਲ ਲਾਇਲ ਰਿਹਾ ਦੀ ਸਦੀ ਤੋਂ ਸੋ ਹੁਣ ਸਾਰਾ ਵੇਟ ਉਹਨਾਂ ਨੇ ਇਹਦੇ ਪਿੱਛੇ ਛੁੱਟਿਆ ਔਰ ਬਿਲਕੁਲ ਬੇਫਿਕਰ ਹੈ ਜੋ ਵੀ ਕੁਝ ਹੋ ਰਿਹਾ ਹੁੰਦਾ ਔਰ ਜਿਸ ਤਰੀਕੇ ਨਾਲ ਦੇਸ਼द्रोह ਦੇ ਕੇਸ ਰਜਿਸਟਰ ਕੀਤੇ ਸਰਬਤ ਖਾਲਸਾ ਚ ਪਾਰਟਿਸਿਪੇਟ ਕਰਨ ਵਾਲਿਆਂ ਦੇ ਔਰ ਜਿਵੇਂ ਜਿਹੜੇ ਜਥੇਦਾਰ ਥਾਪੇ ਗਏ ਉਹਨਾਂ ਦੇ ਨਾਲ ਇਹਨਾਂ ਦੀ ਪੁਲਿਸ ਲੂਕ ਕਰ ਰਹੀ ਹੈ ਉਹ ਸਾਹਮਣੇ ਹੈ ਕਿ ਵੀ ਪੂਰੀ ਖੁੱਲੀ ਛੁੱਟੀ ਹੈ ਕਿ ਭਾਈ ਇਹ ਸਾਰੇ ਨੂੰ ਹੈਂਡਲ ਕਰੋ ਹੁਣ ਜਦੋਂ ਅਸੀਂ ਇਸ ਦੌਰ ਚ ਦੇਖਦੇ ਆਂ ਵੀ ਇੱਕ ਪਾਸੇ ਤਾਂ ਬਾਹਰ ਉਹਨਾਂ ਨੇ ਇੱਕ ਮਾਹੌਲ ਬਣਾਉਣ ਵੱਲ ਜਿਹੜੀ ਐ ਉਹ ਆਪਣੀ ਤਰਕੀਬਾਂ ਬਣਾਈਆਂ ਹੋਈਆਂ ਨੇ ਜੀ ਕਿ ਬਾਹਰ ਕਿਵੇਂ ਹਿੱਸਾ ਕਰਨੀ ਹੈ ਦੂਸਰੇ ਪਾਸੇ ਪਿਛਲੇ ਪੀਰੀਅਡ ਚ ਖਾਸ ਤੌਰ ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਦੀਆਂ ਘਟਨਾਵਾਂ ਹੋਈਆਂ ਜਿਹੜੀਆਂ ਬੜੀਆਂ ਉੱਭਰਵੀਆਂ ਆਵਾਜ਼ਾਂ ਪੰਜਾਬ ਦੇ ਵਿੱਚ ਧਾਰਮਿਕ ਖੇਤਰ ਚ ਆਈਆਂ ਜੀ ਇੱਕ ਤਾਂ ਸਿਆਸੀ ਤੌਰ ਤੇ ਸੀ ਜਿਨ੍ਹਾਂ ਨੇ ਜਿਹੜੇ ਕਿ ਜ਼ਿਆਦਾ ਤੌਰ ਤੇ ਪਹਿਲੇ ਦਿਨ ਤੋਂ ਹੀ ਬਾਦਰਲੈਂਡ ਕੰਪਨੀ ਦਾ ਕੀ ਰੋਲ ਹੈ ਔਰ ਇਹ ਆਰਐਸਐਸ ਦਾ ਕਿਵੇਂ ਪਲੇ ਬੋਏ ਆਪਣੀ ਆਵਾਜ਼ ਦੁੰਦੇ ਨੇ ਪਰ ਸਿੱਖਾਂ ਦੇ ਵਿੱਚ ਧਾਰਮਿਕ ਸੈਂਸਿਟੀਵਿਟੀ ਹਮੇਸ਼ਾ ਜਿਹੜੀ ਹੈ ਕਿਉਂਕਿ ਜੇ ਅਸੀਂ 18ਵੀਂ ਸਦੀ ਵੱਲ ਵੀ ਦੇਖੀਏ ਤੇ ਸਾਡੀ ਜਿਹੜੀ ਮੂਲ ਮੋਟੀਵੇਸ਼ਨ ਹੈ ਔਰ ਜਦੋਂ ਅਸੀਂ ਰਾਜ ਸ਼ਕਤੀ ਦੀ ਗੱਲ ਵੀ ਕਰਦੇ ਹਾਂ ਪੋਲੀਟੀਕਲ ਪਾਵਰ ਦੀ ਗੱਲ ਕਰਦੇ ਹਾਂ ਹਰਸਤਾਨ ਬਣਾਉਣ ਦੀ ਗੱਲ ਕਰਦੇ ਹਾਂ ਮਕਸਦ ਤਾਂ ਇਹੀ ਹੈ ਕਿ ਭਾਈ ਉਹ ਐਸਾ ਸਿਸਟਮ ਜਿੱਥੇ ਜਿਹੜੇ ਭਲੇ ਲੋਕ ਨੇ ਉ ਉਬਰਨ ਸੋ ਧਰਮ ਦੇ ਲਈ ਜਿਹੜੀ ਪੀਰੀ ਦੀ ਰੱਖਿਆ ਦੇ ਲਈ ਹੀ ਮੀਰੀ ਦਾ ਰੋਲ ਹੈ ਜਦੋਂ ਅਸੀਂ ਮੀਰੀ ਪੀਰੀ ਦੇ ਕਨਸੈਪਟ ਦੀ ਗੱਲ ਕਰਦੇ ਹਾਂ ਕਿ ਭਾਈ ਇਹ ਜਿਹੜਾ ਇਸ ਨੂੰ ਪ੍ਰਮੋਟ ਕਰਨਾ ਹੈ ਰਾਈਟਿਅਸ ਵੈਲਿਊਜ਼ ਨੂੰ ਦੁਨੀਆ ਦੇ ਵਿੱਚ ਜਿਹੜੀ ਹੈ ਧਰਮ ਦੀ ਗੱਲ ਤੁਰੇ ਆਜ਼ਾਦਾਨਾ ਤੌਰ ਦੇ ਉੱਤੇ ਸੋ ਜਦੋਂ ਅਸੀਂ ਧਰਮ ਕਹਿੰਦੇ ਹਾਂ ਸੋ ਇਹ ਮੁੱਢਲੇ ਤੌਰ ਤੇ ਸਿਰਫ ਇੱਕ ਧਾਰਮਿਕ ਆਜ਼ਾਦੀ ਤੱਕ ਹੀ ਮ hạnੂਦ ਨਹੀਂ ਹੈ ਧਰਮ ਦਾ ਅਰਥ ਮੁਢਲੇ ਤੌਰ ਤੇ ਧਾਰਨ ਕਰਨੇ ਉਹਦੇ ਚ ਤੁਹਾਡੇ ਸਾਰੇ ਹੱਕ ਆ ਜਾਂਦੇ ਨੇ ਧਾਰਮਿਕ ਨੇ ਸਮਾਜਿਕ ਨੇ ਆਰਥਿਕ ਨੇ ਸਿਆਸੀ ਨੇ ਔਰ ਸਿੱਖੀ ਦਾ ਮੂਲ ਆਧਾਰ ਅਲਟੀਮੇਟਲੀ ਗੁਰੂ ਗ੍ਰੰਥ ਸਾਹਿਬ ਅੰਮ੍ਰਿਤ ਦੇ ਨਾਲ ਜਿਹੜੀ ਇੱਕ ਨਿਰਪੈਤਾ ਔਰ ਗੁਰੂ ਦੇਵਾਲ ਮੂੰਹ ਜਿਹੜਾ ਹਰ ਸਿੱਖ ਦਾ ਸਿਰ ਹੈ ਜਿਹੜਾ ਅੰਮ੍ਰਿਤ ਗੁਰੂ ਕਾ ਲੈਂਦਾ ਹੈ ਉਸ ਦਾ ਸਿਰ ਪੰਥ ਦੀ ਆਮਾਨਤ ਹੈ ਸੋ ਜ਼ਾਹਰ ਹੈ ਕਿ 2015 ਦੀਆਂ ਘਟਨਾਵਾਂ ਨੇ ਉਸ ਧਾਰਮਿਕ ਵਰਗ ਨੂੰ ਵੀ ਜਿਹੜੇ ਅਦਰਵਾਈਜ਼ ਉਹਨਾਂ ਦਾ ਕੋਈ ਸਿਆਸਤ ਨਾਲ ਪਾਵੇਂ ਅੰਦਰ ਖਾਤੇ ਹਰ ਇੱਕ ਦਾ ਮੇਲ ਮਲਾਪ ਰਹਿੰਦਾ ਹੈ ਸਿਆਸਤਦਾਨਾਂ ਨੂੰ ਵੀ ਲੋੜ ਹੁੰਦੀ ਹੈ ਕਿ ਕਿਉਂਕਿ ਉਹਨਾਂ ਦੀ ਵੱਡੀ ਫੋਲੋਇੰਗ ਹੁੰਦੀ ਹੈ ਧਾਰਮਿਕ ਲੋਕਾਂ ਦੀ ਜੀ ਔਰ ਜਦੋਂ ਅਸੀਂ ਪੰਜਾਬ ਦੇ ਆੜੜ ਖੇਤਰ ਦੇਖਦੇ ਹਾਂ ਮਾਲਵਾ ਖੇਤਰ ਕਿਸ ਕਿਸਮ ਦਾ ਰੀਜਨ ਹੈ ਸਤਲੁਜ ਤੋਂ ਘੱਗਰ ਤੱਕ ਦਾ ਖੇਤਰ ਜਿੱਥੇ ਕਦੇ ਦੇਸੀ ਸਿੱਖ ਰਿਆਸਤਾਂ ਸੀ ਇਹਨਾਂ ਨੇ ਕੋ ਬਹੁਤਾ ਜਿਹੜੀ ਡਾਈਸੈਂਟ ਤਾਂ ਉੱਠਣ ਹੀ ਸੀ ਦਿੱਤਾ ਇਵੇਂ ਧਾਰਮਿਕ ਪੱਖ ਤੋਂ ਵੀ ਇਹ ਹਰ ਕਿਸਮ ਦਾ ਮਿਕਸ ਜਿਆ ਕੰਮ ਸੀ ਇਹਨਾਂ ਦਾ ਨਿਰਮਲੇ ਉਦਾਸੀ ਦੂਜੇ ਦੇਵੀ ਪੁਜਾਰੀ ਸਾਰਿਆਂ ਨੂੰ ਇਹ ਉਹ ਜਿਹੜਾ ਪੈਟਨਾਇਜ਼ ਵੀ ਕਰਦੇ ਸੀ ਔਰ ਉੱਥੇ ਇਸ ਕਿਸਮ ਦਾ ਰੱਖਿਆ ਹੋਇਆ ਸੀ ਜਿਹਨੂੰ ਉਹ ਆਪਣੇ ਵੱਲੋਂ ਸੈਕੂਲਰ ਕਹਿੰਦੇ ਸੀ ਸੋ ਮਾਲਵੇ ਦੇ ਵਿੱਚ ਹਮੇਸ਼ਾ ਜਿਹੜੀ ਜਦੋਂ ਅਸੀਂ 20ਵੀਂ ਸਦੀ ਚ ਧਾਰਮਿਕ ਰਿਵਾਈਵਲ ਦੇਖਦੇ ਹਾਂ ਜੀ ਤੇ ਉਹਦੇ ਵਿੱਚ ਬਹੁਤ ਵੱਡਾ ਰੋਲ ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਨੇ ਪਲੇ ਕੀਤੇ ਸੋ ਮਾਲਵੇ ਦੇ ਵਿੱਚ ਜਿਹੜੇ ਧਾਰਮਿਕ ਜਾਗਰਤੀ ਦੇ ਨਾਲ ਸੰਤ ਸ਼ਬਦ ਜਾਂ ਦੂਸਰਾ ਭਾਵੇਂ ਮੁੱਢਲੇ ਤੌਰ ਤੇ ਉਹਨਾਂ ਦੀਆਂ ਆਪੋ ਆਪਣੀਆਂ ਮर्यादाਵਾਂ ਵੀ ਹੋਣ ਜਾਂ ਕੁਝ ਉਸ ਕਿਸਮ ਦਾ ਵੀ ਹੈ ਪਰ ਅੱਜ ਅਸੀਂ ਉਹਨੂੰ ਟੱਚ ਨਹੀਂ ਕਰਾਂਗੇ ਉਹ ਭਾਵੇਂ ਫਿਰ ਰਾੜੇ ਵਾਲੀ ਸੰਪਰਦਾ ਦਾ ਰੋਲ ਹੋਏ ਜਾਂ ਸੰਤ ਅਤਰ ਸਿੰਘ ਮਸਤਵਾਨੇ ਵਾਲਿਆਂ ਤੋਂ ਬਾਅਦ ਸੰਤ ਤੇਜਾ ਸਿੰਘ ਔਰ ਦੂਸਰੇ ਉਸ ਨੂੰ ਰੋਲ ਅਦਾ ਕਰਦੇ ਨੇ ਸੋ ਅੱਜ ਵੀ ਜੇ ਈਵਨ ਜਿਹੜੇ ਬੜੂ ਸਾਪ ਵਾਲੇ ਜਿਹੜੇ ਨੇ ਉਹ ਧਾਰਮਿਕ এডਿਕੇਸ਼ਨ ਦੀ ਗੱਲ ਹੀ ਕਰਦੇ ਪਰ ਉਸ ਦੇ ਲਈ ਵੀ ਜਿਹੜਾ ਉਸ ਨੂੰ ਅੱਗੇ ਤੋਰਨ ਵਾਲੇ ਨੇ ਬਾਬਾ ਇਕਬਾਲ ਸਿੰਘ ਜੀ ਸੋ ਜ਼ਾਹਰ ਹੈ ਕਿ ਬਾਬਾ ਜਾਂ ਸੰਤ ਜਾਂ ਕਿਸੇ ਦਾ ਇਹ ਇਮੇਜ ਕਿ ਇਹ ਭਾਈ ਮੁਕੰਮਲ ਤੌਰ ਦੇ ਉੱਤੇ ਸਮਰਪਤ ਹੈ ਉਸ ਦੇ ਲਈ ਭਾਵੇਂ ਚੋੜਾ ਵੀ ਹੈ ਦੂਸਰਾ ਵੀ ਹੈ ਇੱਕ ਸਿੰਬੋਲਿਜ਼ਮ ਹੈ ਲੇਕਿਨ ਇਸ ਖੇਤਰ ਦੇ ਵਿੱਚ ਸਿੱਖੀ ਪ੍ਰਚਾਰ ਦੇ ਵਿੱਚ ਕਾਫੀ ਵੱਡਾ ਰੋਲ ਉਹ ਜਿਹੜਾ ਇਸ ਤਰ੍ਹਾਂ ਹੀ ਹੋਇਆ ਹੈ ਜ਼ਾਰ ਹੈ ਜਦੋਂ ਕੋਈ ਚੀਜ਼ ਗਲਤ ਹੁੰਦੀ ਹੈ ਲੋਕਾਂ ਦੇ ਵਿੱਚ ਰੈਜ਼ੈਂਟਮੈਂਟ ਵੀ ਹੁੰਦੀ ਹੈ ਔਰ ਮੈਂ ਸਮਝਦਾ ਹੈ ਵੀ ਇਸ ਸਾਰੇ 2015 ਦੇ ਪੀਰੀਅਡ ਚ ਜਿਹੜੀਆਂ ਆਵਾਜ਼ਾਂ ਬੜੀਆਂ ਬੁਰੰਦ ਹੋ ਕੇ ਆਈਆਂ ਹਨ ਧਾਰਮਿਕ ਸ਼੍ਰੇਣੀਆਂ ਚੋਂ ਉਹਨਾਂ ਦੇ ਵਿੱਚ ਬਾਬਾ ਰਣਜੀਤ ਸਿੰਘ ਢੱਡਰੀਆ ਜਿਹੜੇ ਨੇ ਉਹਨਾਂ ਦੀ ਆਵਾਜ਼ ਹੋਈ ਸੀ ਹਾਲਾਂ ਉਸ ਤੋਂ ਪਹਿਲਾਂ ਵੀ ਉਹ ਬਾਹਰ ਆਉਂਦੇ ਰਹੇ ਆਪਣੇ ਅਰਲੀ ਦਿਨਾਂ ਚ ਕਿਉਂਕਿ ਜਨਮ ਮਿਨਾ ਦਾ 1984 ਦਾ 32-33 ਸਾਲ ਦੀ ਉਮਰ ਹੈ ਸੋ ਇਹ ਠੀਕ ਹੈ ਵੀ ਜਦੋਂ 18-19 ਸਾਲ ਦੀ ਉਮਰ ਵੇਲੇ ਜਾਂ 19-20 ਸਾਲ ਵੇਲੇ ਜਨਮ ਦਿਨ ਮਨਾਉਣਾ ਕਿ ਕੱਟਣਾ ਜਾਂ ਕੋਈ ਕਲਗੀ ਲਾਣ ਦੀ ਗੱਲ ਜਾਂ ਖੁਸ਼ੀ ਇਸ ਕਿਸਮ ਦੇ ਵੀ ਆਇਆ ਸੀ ਪਰ ਉਸ ਕੰਟਰੋਵਰਸੀ ਚੋਂ ਜਾਂ ਜਿਹੜੀਆਂ ਵੀ ਕੋਈ ਕਮਜ਼ੋਰੀਆਂ ਉਸ ਪੀਰੀਅਡ ਚ ਪੁਆਇੰਟ ਆਊਟ ਹੋਈਆਂ ਉਹਨਾਂ ਨੂੰ ਉਹ ਇੰਪਰੂਵ ਕਰਦੇ ਰਹੇ ਔਰ ਇਹ ਗੱਲ ਉਹਨਾਂ ਨੇ ਜਿਹੜੇ ਉਹਨਾਂ ਦੇ ਵੈਲਵਿਸ਼ਰ ਨੇ ਹਾਲਾ ਮੇਰਾ ਉਹਨਾਂ ਨਾਲ ਕਦੇ ਡਾਇਰੈਕਟ ਸੰਪਰਕ ਨਹੀਂ ਹੈ ਜੀ ਲੇਕਿਨ ਇਹ ਉਹਨਾਂ ਨੇ ਕਿਹਾ ਕਿ ਜੀ ਉਹ ਕਹਿੰਦੇ ਨੇ ਕਿ ਜੀ ਮੈਂ ਵਿਦਿਆਰਥੀ ਆ ਮੈਂ ਲਰਨ ਕਰਦਾ ਜੇ ਮੈਂ ਛੋਟਾ ਸੀ ਜੇ ਮੇਰੇ ਤੋਂ ਕੋਈ ਗਲਤੀ ਹੋਈ ਵੀ ਮੈਂ ਪੰਤੂ ਮਾਫੀ ਮੰਗੀ ਹੈ ਔਰ ਮੈਂ ਇਹ ਦੇਖਿਆ ਹੈ ਕਿ ਵੀ ਜਿਨ੍ਹਾਂ ਨੇ ਆਪਣੇ ਆਪ ਨੂੰ ਜਿਹੜਾ ਉਹ ਰਿਫਾਰਮ ਕੀਤਾ ਜਾਂ ਹੋਰ ਵੀ ਲਰਨ ਕੀਤਾ ਉਹਨਾਂ ਦੇ ਵਿੱਚ ਬਾਬਾ ਰਣਜੀਤ ਸਿੰਘ ਉਹਨਾਂ ਦੇ ਇੱਕ ਥਾਂ ਹੈ ਜੀ ਔਰ ਖਾਸ ਤੌਰ ਤੇ ਮੈਨੂੰ ਯਾਦ ਹੈ ਕਿ ਇਧਰ ਕਿਤੇ ਸਿਆਟਲ ਆਏ ਹੋਏ ਸਨ ਜਾਂ ਦੂਸਰਾ ਤੇ ਉਹਨਾਂ ਨੇ ਆਪਣੀ ਕਿਸੇ ਕਥਾ ਦੇ ਵਿੱਚ ਕੋਟ ਕੀਤਾ ਇੱਕ ਜਿਹੜੀ ਜਾਲੀ ਕਿਤਾਬ ਬਰਾਡ ਦੇ ਨਾਮ ਤੇ ਜਨਰਲ ਬਰਾਡ ਦੇ ਨਾਮ ਦੇ ਉੱਤੇ ਕਿਸੇ ਨੇ ਛਾਪ ਕੇ ਸਰਕੂਲੇਟ ਕੀਤੀ ਹੈ ਕਿ ਜੀ ਮੈਂ ਆ ਕੀਤਾ ਤੇ ਉਹ ਕੀਤਾ ਜਿਹੜੀ ਔਰ ਉਹਨੂੰ ਉਹਨਾਂ ਨੇ ਕਿਤੇ ਕੋਟ ਕੀਤਾ ਸੀ ਕਿ ਭਈ ਅ ਦੇਖੋ ਬਰਾੜ ਨੇ ਵੀ ਉਹ ਰਿਪੈਂਡ ਕੀਤਾ ਉਹਨੂੰ ਉਹਨੂੰ ਵੀ ਪਛਤਾਵਾ ਹੈ ਔਰ ਦਿਸ दैट ਹਾਲਾਂਕਿ ਉਹ ਗੱਲ ਠੀਕ ਨਹੀਂ ਸੀ ਬਰਾੜ ਨੇ ਆ ਗਏ ਫੌਰਨ ਉਸ ਤੋਂ ਬਾਅਦ ਇੱਕ ਜਿਹੜਾ ਇੰਟਰਵਿਊ ਦੇ ਵਿੱਚ ਉਹ ਸਾਰਿਆਂ ਨੂੰ ਡਿਨਾਈ ਕੀਤਾ ਸੀ ਸੋ ਮੈਂ ਉਹਨਾਂ ਦੇ ਜਿਹੜੇ ਵੈਲਿਊਏਸ਼ਨ ਸੀ ਉਹਨਾਂ ਨੂੰ ਮੈਂ ਕਿਹਾ ਵੀ ਉਹਨਾਂ ਦੀ ਹਰ ਕਹੀ ਗੱਲ ਨੂੰ ਨੋਟ ਕੀਤਾ ਜਾਂਦਾ ਹੈ ਉਸ ਦਾ ਅਸਰ ਹੁੰਦਾ ਹੈ ਵੀ ਇਹ ਫੈਕਟ ਠੀਕ ਨਹੀਂ ਹੈ ਜੋ ਉਹਨਾਂ ਨੇ ਕੋਟ ਕੀਤਾ ਔਰ ਉਹਨਾਂ ਨੇ ਉਸ ਦੇ ਲਈ ਧੰਨਵਾਦ ਵੀ ਭੇਜਿਆ ਕਹਿਣ ਲੱਗੇ ਭਾਈ ਸਾਨੂੰ ਤਾਂ ਜੋ ਮੀਡੀਆ ਚ ਆਂਦਾ ਹੈ ਅਸੀਂ ਸੋ ਉਹ ਪੜਦੇ ਵੀ ਨੇ ਜਿਹੜਾ ਈਵਨ ਡੇ ਟੂ ਡੇ ਕੀ ਚੱਲ ਰਿਹਾ ਹੈ ਇਸ ਬਾਰੇ ਔਰ ਇਸ ਸਾਰੇ ਦੌਰ ਚ ਮੈਂ ਪਿਛਲੇ ਪੀਰੀਅਡ ਚ ਦੇਖ ਰਿਹਾ ਕਿ ਸ਼ਹੀਦ ਪਾਈ ਜਸਪਾਲ ਸਿੰਘ ਦੇ ਮੌਕੇ ਤੇ ਵੀ ਜਿਹੜਾ ਗੁਰਦਾਸਪੁਰ ਵਾਲਾ ਸੀ ਵਾਕਿਆ ਭਾਵੇਂ ਬਾਅਦ ਤੋਂ ਥੋੜਾ ਪਿੱਛੇ ਹਟੇ ਲੇਕਿਨ ਉਹਨਾਂ ਨੇ ਉੱਥੇ ਆਪਣੀ ਪ੍ਰੈਜੈਂਸ ਰੱਖੀ ਜਦੋਂ ਆਸ਼ੂ ਤੋਸ਼ ਲੁਧਿਆਣੇ ਆਇਆ ਤੇ ਉਹਨਾਂ ਨੇ ਚੈਲੰਜ ਕੀਤਾ ਜਿਹੜਾ ਉਸ ਨੂੰ ਕਿ ਬਈ ਇਹ ਬਾਦਲ ਦੀ ਸਰਕਾਰ ਵੇਲੇ ਉਹ ਪਿਛਲੀ ਸਰਕਾਰ ਵੇਲੇ ਉਰੂਦੇ ਚ ਜਿਹੜੇ ਜਦੋਂ ਪ੍ਰੋਟੈਸਟ ਲਈ ਗਏ ਗੋਲੀਆਂ ਚੱਲੀਆਂ ਦਰਸ਼ਨ ਸਿੰਘ ਲੋਹਾਰਾ ਜਿਹੜੇ ਸ਼ਹੀਦ ਹੋਏ ਉਹਨਾਂ ਦਾ ਉਬਸਾਰੇ ਇੱਕ ਗਰੀਬ ਆਟੋ ਚਲਾਣ ਵਾਲੇ ਉਹਨਾਂ ਦਾ ਸਬੰਧ ਵੀ ਬਾਬਾ ਢੜਰੀਆਂ ਵਾਲਿਆਂ ਦੇ ਨਾਲ ਸੀ ਸੋ ਕੁੱਲ ਮਿਲਾ ਕੇ ਇਸ ਸਾਰੇ ਪੀਰੀਅਡ ਚ ਉਹਨਾਂ ਨੇ ਪੰਥਕ ਆਵਾਜ਼ ਸੰਜਨੈਲ ਸਿੰਘ ਖਾਲਸਾ ਪਿੰਡਾ ਵਾਲਿਆਂ ਦੇ ਵਿਚਾਰਧਾਰਾ ਔਰ ਬਾਹਰ ਜਦੋਂ ਕਿਤੇ ਆਏ ਮੈਨੂੰ ਯਾਦ ਹੈ ਕਿ ਮੈਂ ਤਾਂ ਨਹੀਂ ਪ੍ਰੈਜ਼ੈਂਸੀ ਫਰੀਮਾਉਂਟ ਗੁਰਦੁਆਰਾ ਸਾਹਿਬ गुजरती ओस वीक पे हरजंदर सिंह जंदा भाई सुखदेव सिंह सुखਾ ਦਾ ਸ਼ਹੀਦੀ ਦਿਨ ਸੀ ਜੀ ਸੋ ਉੱਥੇ ਜਿਹੜੇ ਬਹੁਤ ਸਾਰੇ ਰੈਗੂਲਰ ਪੋਲਿਟੀਕਲ ਐਕਟਿਵਿਸਟ ਵੀ ਨੇ ਉਹਨਾਂ ਨੇ ਕਿਹਾ ਜੀ ਜਿਵੇਂ ਉਹਨਾਂ ਨੇ ਆਰਟੀਕੂਲੇਟ ਕੀਤਾ ਵੀ ਕਮਾਲ ਹੈ ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਬੇਸ਼ੱਕ ਕੁਝ ਚੀਜ਼ਾਂ ਬਾਬਾ ਢੰਮ ਦੀਆਂ ਜਾਂ ਸੰਤ ਢੰਮ ਦੀਆਂ ਉਹ ਡੇਰਿਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਨਾ ਵੀ ਹੋਣ ਲੋਕ ਉਸ ਕਿਸਮ ਦਾ ਜਿਹੜਾ ਉਹ ਸਿਸਟਮ ਦੇ ਨਾਲ ਜੁੜੇ ਹੁੰਦੇ ਨੇ ਪਰ ਇਹਨਾਂ ਨੇ ਗ੍ਰੈਜੂਅਲੀ ਉਸ ਸਾਰੇ ਧਾਰਮਿਕ ਪਿੜ ਦੇ ਵਿੱਚ ਰਹਿੰਦੇ ਆ ਪੰਥਕ ਚੜ੍ਹਦੀ ਕਲਾ ਦੀ ਗੱਲ ਨੂੰ ਔਰ 2015 ਵਾਲੇ ਉਸ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੇਦਵਿਰੀਆਂ ਘਟਨਾਵਾਂ ਹੋਈਆਂ ਜਿਵੇਂ ਉਹ ਬਾਈਬਲ ਕਲਾ ਦੇ ਵਿੱਚ ਜਾਂ ਬਰਗਾੜੀ ਦੇ ਵਿੱਚ ਹਰ ਥਾਂ ਦੇ ਉੱਤੇ ਉਹਨਾਂ ਦੀ ਇੱਕ ਆਵਾਜ਼ ਬੁਲੰਦ ਆਵਾਜ਼ ਰਹੀ ਹਾਲਾਂ ਨੀਟਰ ਆਨ ਕੁਝ ਕੰਟਰੋਵਰਸਿਸ ਵੀ ਹੋਈਆਂ ਸਰਬਤ ਖਾਲਸਾ ਨੂੰ ਲੈ ਕੇ ਰੋਸ ਤੋਂ ਬਾਅਦ ਬੇਸ਼ੱਕ ਉਹਨਾਂ ਨੇ ਜਿਹੜਾ ਬਹੁਤ ਜ਼ਿਆਦਾ ਸਿਆਸੀ ਪਾਰਟੀ ਸੀ ਉਹਦੇ ਤੋਂ ਥੋੜਾ ਜਿਹੜਾ ਉਹ ਸਟੈਪ ਬੈਕ ਕੀਤਾ ਲੇਕਿਨ ਦੀਵਾਨ ਸਜਾਣਾ ਅਮਰਤ ਸਿੰਘ ਚਾਰ ਕਰਨਾ ਔਰ ਖੁੱਲ ਕੇ ਬਾਦਲਾਂ ਦੇ ਖਿਲਾਫ ਜਿਹੜੀ ਲਾਈਨ ਹੈ ਕਿ ਭਾਈ ਇਹ ਕਿਵੇਂ ਦੁਸ਼ਮਨ ਦੇ ਨਾਲ ਰਲੇ ਹੋਏ ਨੇ ਸੋ ਜ਼ਾਹਰ ਹੈ ਮੈਂ ਇਸ ਲਈ ਪਿਛੋਕੜ ਦਿੱਤਾ ਹੈ ਸਾਰਾ ਕਿਉਂਕਿ ਕਈ ਵਾਰ ਜਿਹੜੇ ਸਾਡੀ ਹਰ ਗੱਲ ਨੂੰ ਵੀ ਮਾਨੀਟਰ ਕਰਦੇ ਨੇ ਉਹਨਾਂ ਨੂੰ ਵੀ ਕਈ ਵਾਰੀ ਇਹ ਨਾ ਲੱਗਣ ਲੱਗ ਜਾਏ ਕਿ ਜੀ ਕਦੇ ਇੱਕ ਪੱਖ ਦੀ ਗੱਲ ਹੁੰਦੀ ਹੈ ਕਦੇ ਦੂਜੇ ਦੀ ਅਸੀਂ ਹਮੇਸ਼ਾ ਸਿੱਖੀ ਸਿਧਾਂਤ ਦੇ ਦਾਇਰਾਕਾਰ ਚ ਰਹਿੰਦੇ ਆਂ ਔਰ ਬਾਬਾ ਢੜਰੀਆ ਵਾਲੇ ਨੇ ਈਵਨ ਹਾਲਾਂਕਿ ਜਦੋਂ ਕਿ ਸੰਤ ਸਮਾਜ ਦੇ ਨਾਂ ਥੱਲੇ ਇੱਕ ਤਬਕਾ ਆਰਐਸਐਸ ਦੇ ਹੱਥ ਖੇਡਿਆ 2003 ਦੇ ਮੂਲ ਨਾਨਕਸ਼ਹੀ ਕੈਲੰਡਰ ਨੂੰ ਉਹਨਾਂ ਨੇ ਬਿਲਕੁਲ ਉਸ ਦਾ ਭਗਵਾ ਕਰਨ ਕਰਕੇ ਖਤਮ ਕਰ ਦਤਾ ਉਸ ਨੂੰ ਬਾਅਦ ਦੇ ਵਿੱਚ ਹਿੰਦੂ ਕੈਲੰਡਰ 'ਚ ਹੀ ਲਾ ਦਤਾ ਹੈ ਜੀ ਸੰਤ ਰਣਜੀਤ ਸਿੰਘ ਟੱਡਰਿਆਂ ਵਾਲਿਆਂ ਨੇ ਖੁੱਲ ਕੇ 2003 ਦੇ ਕੈਲੰਡਰ ਦੇ ਵੀ ਹਮਾਇਤ ਕੀਤੀ ਔਰ ਇਸ ਕਿਸਮ ਦੇ ਹੋਰ ਵੀ ਜਿਹੜੇ ਪਾਰਟ ਨੇ ਲੇਟਲੀ ਮੈਂ ਦੇਖਦੇ ਆਂ ਕਿ ਕਾਫੀ ਕੁਝ ਉਹ ਸਮਝਦੇ ਨੇ ਕਿ ਤਬਦੀਲੀ ਕਿੰਨੀ ਜ਼ਰੂਰੀ ਹੈ ਔਰ ਕਿਵੇਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 'ਚ ਜਿਹੜੀ ਹੈ ਉਹ ਤਬਦੀਲੀ ਹੋਏ ਇਸ ਦੀ ਗੱਲ ਉਹਨਾਂ ਨੇ ਪ੍ਰਾਈਵੇਟਲੀ ਵੀ ਕੀਤੀ ਸ਼ਾਇਦ ਪਬਲਿਕ ਹਰੀ ਵੀ ਕੀਤੀ ਹੋਏਗੀ ਸੋ ਕੁੱਲ ਮਿਲਾ ਕੇ ਜਦੋਂ ਕਿ ਉੱਥੇ ਜਿਹੜੇ ਸਰਬਤ ਖਾਲਸਾ ਵਾਲੀਆਂ ਆਵਾਜ਼ਾਂ ਸੀ ਉਹਨਾਂ ਨੂੰ ਬਾਦਲ ਕਿਆ ਨੇ ਮਫਲ ਕਰ ਦਿੱਤਾ ਦੇਸ਼ ਤਰੋ ਦੇ ਕੇਸ ਬਣਾ ਕੇ ਔਰ ਕਿਵੇਂ ਜੇ ਹੁਣ ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਵੀ ਆਏ ਤੇ ਪੁਲਿਸ ਐ ਸਕਾਟ ਦਾ ਮਤਲਬ ਇਹ ਸੀ ਕਿ ਕੋਈ ਹੋਰ ਨੇੜੇ ਨਾ ਲੱਗੇ ਔਰ ਬੜੀ ਮੁਸ਼ਕਲ ਨਾਲ ਉਹ ਆਪਣਾ ਜਿਹੜਾ ਉਹ ਮੱਥਾ ਟੇਕ ਸਕੇ ਹੁਣ ਦੂਸਰੇ ਪਾਸੇ ਉਹਨਾਂ ਆਵਾਜ਼ਾਂ ਨੂੰ ਬੰਦ ਕਰਵਾਉਣ ਦੀ ਕੋਸ਼ਿਸ਼ ਹੈ ਔਰ ਅਸੀਂ ਇਹ ਸਮਝਦੇ ਹਾਂ ਕਿ ਤੁਹਾਡਾ ਸਵਾਲ ਓਪਨਿੰਗ ਚ ਘਟਨਾ ਨਾਲੋਂ ਜ਼ਿਆਦਾ ਇਹ ਜਾਣਨਾ ਹੈ ਸੀਬੀ ਦੇ ਬਿਹਾਈਂਡ ਕੌਣ ਹੈ ਲੇਕਨ ਮੈਂ ਜ਼ਰੂਰ ਇਹ ਥੋੜਾ ਜਿਹਾ ਵੇਰਵਾ ਦੇਵਾਂਗਾ ਜਿਹੜੇ ਤਾਂ ਮੀਡੀਆ ਨਾਲ ਜੁੜੇ ਨੇ ਸੋਸ਼ਲ ਮੀਡੀਆ ਅਖਬਾਰਾਂ ਉਹਨਾਂ ਨੂੰ ਤਾਂ ਪਤਾ ਹੈ ਕੀ ਹੋਇਆ ਲੇਕਿਨ ਜਿਹੜੀਆਂ ਮੀਡੀਆ ਰਿਪੋਰਟਸ ਨੇ ਔਰ ਮੈਨੂੰ ਹੈਰਾਨੀ ਇਹ ਹੈ ਵੀ ਉਹ ਨੈਸ਼ਨਲ ਮੀਡੀਆ ਜਿਹੜਾ ਨਿਛ ਮਾਰਿਆ ਹਰ ਗੱਲ ਨੂੰ ਕਈ ਗੁਣਾ ਵਧਾ ਚੜਾ ਉਹਨਾਂ ਨੇ ਆਲਮੋਸਟ ਇਵਨ ਟ੍ਰਿਬਿਊਨ ਅਖਬਾਰ 5:30 ਵਜੇ ਤੱਕ ਕੋਈ ਖ਼ਬਰ ਨਹੀਂ ਸੀ ਸੋਸ਼ਲ ਮੀਡੀਆ ਤੇ ਜ਼ਰੂਰ ਆਇਆ ਪਰ ਜਿੰਨਾ ਇਹਨਾਂ ਮੇਨ ਲੁਧਿਆਣਾ ਦੀ ਔਰ ਉਹ ਮੁੱਲਾਪੁਰ ਦਾਖਾ ਔਰ ਉਹ ਸਾਰੇ ਬੈਲਟ ਦੇ ਵਿੱਚ ਘਟਨਾ ਹੋਈ ਹੋਏ ਜਿਹੜੇ ਮੇਨ ਲੈਂਡ ਹੈ ਇਹ ਕੋਈ ਰਾਜਸਥਾਨ ਦਾ ਕੋਈ ਰਿਮੋਟ ਡੈਜ਼ਰਟ ਨਹੀਂ ਹੈ ਔਰ ਅਸੀਂ ਤਰਸਦੇ ਹੋਈ ਹੈ ਕਿ ਡਿਟੇਲਸ ਕੀ ਨੇ ਹੋਇਆ ਕੀ ਹੈ ਕੌਣ ਕਿਦਾ ਕੀ ਨੁਕਸਾਨ ਹੋਇਆ ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਜੇ ਤੁਸੀਂ ਇਹ ਜਾਨਣਾ ਚਾਹੋਗੇ ਜਾਂ ਦਰਸ਼ਕ ਕਿਹਦੇ ਪਿੱਛੇ ਕੌਣ ਹੋ ਸਕਦਾ ਹੈ ਟਾਈਮਿੰਗ ਦੇਖੋ ਕੀ ਹੈ ਜੀ ਔਰ ਇਸ ਸਾਰੇ ਨੂੰ ਕੌਣ ਇਹਦਾ ਪੋਲਿਟਿਕਲ ਐਡਵਾਂਟੇਜ ਕਿਨੂੰ ਹੋ ਸਕਦਾ ਹੈ ਔਰ ਜਨਾ ਨੇ अटेम्प्ट ਕੀਤਾ ਉਹ ਡਿਟਰਮਿੰਡ ਸੀ ਉਹਨਾਂ ਨੂੰ ਕਿਲ ਕਰਨ ਦੇ ਲਈ ਇੱਕ ਇਹ ਨਹੀਂ ਸੀ ਕਿ ਕੋਈ ਇੱਕ ਜਾਂ ਦੋ ਬੰਦੇ ਆਏ ਉਹਨਾਂ ਨੇ ਕੀਤਾ ਜਾਂ ਕਿਸੇ ਨੇ ਮੋਰ ਸੋ ਇਹਦਾ ਮਤਲਬ ਇਹ ਹੈ ਇਸ ਲੈਵਲ ਦੀ ਆਰਗੇਨਾਈਜੇਸ਼ਨ ਕਿਲਿੰਗ ਗਰੁੱਪ ਦੀ ਜਿਹੜਾ ਕਿ ਜਿਹਦੇ ਵਿੱਚ 2 ਦਰਜਨ ਲੋਕ ਸ਼ਾਮਲ ਹੋਣ 24 ਬੰਦੇ ਹਾਂ ਮੋਰ ਥੈਨ 2 ਦਰਜਨ ਕਿਉਂਕਿ ਪਹਿਲਾ ਫਿਗਰ 2 ਦਰਜਨ ਦਾ ਹੈ ਜੀ ਉਹ ਹਥਿਆਰਾਂ ਨਾਲ ਲੈਸ ਉਹਨਾਂ ਹਥਿਆਰਾਂ ਦੇ ਵਿੱਚ 315 ਬੋਰ ਦੀਆਂ ਬੰਦੂਕਾਂ ਹਾਕੀਆਂ ਦਾਤ ਹੋਰ ਤਿਆਰ ਔਰ 5 ਵਜੇ ਦੇ ਉਸ ਮੇਨ ਰੋਡ ਦੇ ਉੱਤੇ ਸ਼ਬੀਲ ਦਾ ਬਹਾਨਾ ਬਣਾ ਕੇ ਸਥਾਨਕ ਬਾਲੇਵਾਲ ਰੋਡ ਤੇ ਸੁਖਬਣੀ ਐਨਕਲੇਵ ਜਿੱਥੇ ਵਾਕਿਆ ਹੋਇਆ ਉੱਥੇ ਬੈਠੇ ਹੋਣ ਪਹਿਲੀ ਗੱਲ ਤੇ ਜੇ ਜ਼ਾਹਰ ਹੈ ਵੀ ਬਾਹਰਲੇ ਲੋਕ ਹੋਣਗੇ ਲੋਕਲ ਨਹੀਂ ਹੋਣਗੇ ਔਰ ਪਿੰਡ ਦੇ ਵਿੱਚ ਤਾਂ ਕੋਈ ਆ ਜਾਏ ਕਿਸੇ ਪਾਸੇ ਉਹ ਤਾਂ ਕਿਊਰਿਓਸਿਟੀ ਹੁੰਦੀ ਹੈ ਵੀ ਕੌਣ ਕੀ ਹੈ ਜੀ ਸੋ ਜੇ ਦਰਜਨਾ ਲੋਕ ਉੱਥੇ ਆ ਕੇ ਸ਼ਬੀਲ ਲਈ ਥਾਂ ਫਿਰ ਸੌਦਾ ਉਹਨਾਂ ਨੇ ਲੋਕਲ ਕਿਸੇ ਤਾਂ ਦੁਕਾਨ ਤੋਂ ਖਰੀਦਦਾਰਨ ਕਹਾਂ ਜੀ ਅਸੀਂ ਸੀਸੀਟੀਵੀ ਕੈਮਰੇ ਦੇਖ ਰਹੇ ਹਾਂ ਕਿਉਂ ਨਾ ਚਾਏ ਮੁੜ ਕੇ ਹੋਏਗਾ ਜੇ ਉਹ ਕੈਮਰੇ ਚੱਲਦੇ ਹੀ ਨਹੀਂ ਸੀ ਜਵੇਂ ਇਹਨਾਂ ਦਾ ਔਰ ਇਹ ਘਟਨਾ ਇੱਕ ਨਹੀਂ ਹੋਈ ਹੈ ਜੇ ਤੁਸੀਂ ਪਿਛਲੇ ਪੀਰੀਅਡਸ ਦੇਖੋ ਕਿ ਕਿਸ ਕਿਸਮ ਦੇ ਨਾਲ ਕਵਰ ਅਪ ਹੈ ਉਹ ਨਾਮਤਾਰੀ ਜਿਹੜੇ ਈਵਨ ਇਹਨਾਂ ਦੇ ਵੋਟ ਬੈਂਕ ਬਾਦਲ ਨੇ ਬਣਾਏ ਹੋਏ ਸੀ ਉਹਨਾਂ ਦੀ ਮਾਂ ਮਾਰ ਦਿੱਤੀ ਕਿਸੇ ਨੇ ਆਪਸ ਚੀ ਲੜਾਈ ਝਗੜੇ ਉਹ ਵੀ ਸੜਕਾਂ ਤੇ ਨੇ ਕਿ ਜੀ ਅਜੇ ਤੱਕ ਪੁਲਿਸ ਲੱਭ ਨਹੀਂ ਸਕੀ ਹੁਣ ਜਦੋਂ ਕ੍ਰਾਈਮ ਜਿਹੜਾ ਉਹ ਮਿਲ ਜੁਲ ਕੇ ਹੁੰਦਾ ਹੈ ਪੁਲਿਸ ਇੰਟੈਲੀਜੈਂਸ ਔਰ ਉਹਨਾਂ ਸਾਰਿਆਂ ਨੇ ਇੱਕ ਕਿਆਸ ਕ੍ਰੀਏਟ ਕਰਨਾ ਹੁੰਦਾ ਤੇ ਫਿਰ ਉਹਦੇ ਜਿਹੜੇ ਕਾਤਲ ਨੇ ਉਹ ਲੱਭਦੇ ਨਹੀਂ ਹੁੰਦੇ ਸੋ ਇਹ ਉਹਨਾਂ ਨੇ ਰਾਤ 8 ਵਜੇ ਦੇ ਕਰੀਬ ਇਹ ਵਾਕਿਆ ਨੂੰ ਅੰਜਾਮ ਦਿੱਤਾ ਕਿਉਂਕਿ ਪਿੰਡ ਈਸੇਵਾਲ ਦੇ ਵਿੱਚ ਧਾਰਮਿਕ ਸਮਾਗਮ ਸੀ ਜਿਹਦੇ ਵਿੱਚ ਸ਼ਾਮਲ ਹੋਣ ਜਾ ਰਹੇ ਸੀ ਚਾਰ ਗੱਡੀਆਂ ਦੇ ਵਿੱਚ ਉਹ ਸਨ ਔਰ ਜਿਹੜੀ ਇੱਕ ਕਾਰ ਦੇ ਵਿੱਚ ਜਿਹੜੇ ਨੇ ਉਹਨਾਂ ਦੇ ਨਾਲ ਜਿਹੜਾ ਡਰਾਈਵਰ ਦੇ ਨਾਲ ਭਾਈ ਭੁਪਿੰਦਰ ਸਿੰਘ ਖਾਸੀ ਕਲਾਂ ਸਨ ਤੇ ਇਹ ਸੰਤ ਰਣਜੀਤ ਸਿੰਘ اور ਇੱਕ ਸਾਥੀ ਪਿੱਛੇ ਬੈਠੇ ਸੀ ਸੋ ਉਹਨਾਂ ਨੇ ਫਰੂਟੀ ਛਬੀਲ ਦੇ ਬਹਾਨੇ ਜਿਹੜੀ ਲਾਈ ਹੋਈ ਸੀ ਰੋਕਿਆ ਜਿਹੜੀ ਫਰੰਟ ਕਾਰ ਸੀ ਉਹਨਾਂ ਨੂੰ ਫਰੂਟੀ ਜੇ ਪੀਉਣ ਲੱਗ ਗਏ ਉਹਨੇ ਪੁੱਛਿਆ ਜੀ ਸੰਤ ਕਿੱਥੇ ਨੇ ਉਹਨਾਂ ਨੇ ਕਿਹਾ ਜੀ ਪਿਛਲੇ ਸੋ ਇਹਦੇ ਤੋਂ ਇੱਕ ਇਹ ਵੀ ਜ਼ਾਹਰ ਹੈ ਕਿ ਉਹਨਾਂ ਨੂੰ ਸ਼ਾਇਦ ਫੋਟੋ ਦਿਖਾਈ ਹੋਏਗੀ ਉਹ ਜਿਨ੍ਹਾਂ ਨੇ ਵੀ ਕਿ ਭਈ ਇਹ ਹੈ ਤੇ ਕਿਵਰੀ ਕੋ ਜੇ ਤੁਸੀਂ ਡிரஸ் ਹੋਵੋ ਤੇ ਉਹ ਪਛਾਣ ਨਹੀਂ ਸਕਿਆ ਅਦਰਵਾਈਜ਼ ਉਹਨਾਂ ਨੂੰ ਪੁੱਛਣ ਦੀ ਲੋੜ ਨਹੀਂ ਸੀ ਜੇ ਮੋਰ ਥੈਨ 2 ਡਜ਼ਨ ਬੰਦੇ ਨੇ ਉਹ ਵੈਸੀ ਸਪਰੈਡ ਆਊਟ ਹੋ ਜਾਂਦੇ ਨੇ ਸੋ ਉਹਨਾਂ ਦੀ ਉਹਨਾਂ ਨੂੰ ਬੜਾ ਕਲੀਅਰ ਸੀ ਕਿ ਉਹਨਾਂ ਨੇ ਕਿਹਨੂੰ ਟਾਰਗੇਟ ਕਰਨਾ ਹੈ ਪਰ ਇਹਦੇ باوجود ਜਿਸ ਲੈਵਲ ਦਾ ਨਰਸਹਾਰ ਜਾਂ ਕਤਲਿਆਮ ਉਹ ਕਰਨਾ ਚਾਹੁੰਦੇ ਸੀ ਉਹ ਉਹਦਾ ਸਬੂਤ ਇਹ ਹੈ ਕਿ 50 ਤੋਂ ਜ਼ਿਆਦਾ ਗੋਲੀਆਂ ਚੱਲਦੀਆਂ ਔਰ ਹਰ ਮੀਡੀਆ ਨੇ ਕਿਹਾ ਕਿ ਕਾਰਾਂ ਤੇ ਸਪਰੇਅ ਕਰ ਦਿੱਤਾ ਸਪਰੇਅ ਦਾ ਮਤਲਬ ਇਹ ਹੈ ਕਿ ਵੀ ਚਾਰ ਚਫੇਰੇ ਜਿਹੜਾ ਗੋਲੀਆਂ ਦਾ ਮੀਂਹ ਵਰਾਇਆ ਔਰ ਫਿਰ ਉਹਨਾਂ ਨੇ ਦਾਤਾਂ ਜਾਂ ਹਥਿਆਰਾਂ ਜਾਂ ਦੂਜਿਆਂ ਨਾਲ ਜੋ ਕਾਰਾਂ ਦੀ ਹਾਲਤ ਹੈ ਜੋ ਸਾਹਮਣੇ ਨਜ਼ਰ ਆ ਰਿਹਾ ਹੈ ਉਸ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਕਿਸ ਕਿਸਮ ਦਾ ਜਿਹੜਾ ਇਹ ਕਿਸ ਜਾਣ ਲੇਵਾ ਹੀ ਨਹੀਂ ਕਿੰਨਾ ਵੱਡਾ ਗੁੰਡਾ ਜਿਹੜਾ ਐਕਸ਼ਨ ਇਸ ਨੂੰ ਉਹਨਾਂ ਨੇ ਅੰਜਾਮ ਦਿੱਤਾ ਔਰ ਇਹ ਗੱਲ ਚਲੋ ਮੈਂ ਸਮਝਦਾ ਵੀ ਬਾਕੀ ਸਾਡੇ ਕੇ ਅਖਾਣ ਵੀ ਹੈ ਕਿ ਜਾਂ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਈ ਪਰ ਇਹ ਡਰਾਈਵਰ ਨੂੰ ਸਲੂਟ ਹੈ ਜਿਹਨੇ ਉਹ ਸਾਰੇ ਚੋਂ ਦੇਖਦੇ ਆ ਕਾਰ ਭਜਾਈ ਪਰ ਤੁਸੀਂ ਡਿਟਰਮੀਨੇਸ਼ਨ ਦੇਖੋ ਇਹ ਹਾਈਡ ਕਿਲਰ ਨਹੀਂ ਹੋ ਸਕਦੇ ਇਹ ਹਾਈਡ ਦਾ ਇੱਕ ਆਪਣਾ ਰੋਲ ਹੁੰਦਾ ਹੈ ਇਹ ਉਸ ਕਿਸਮ ਦੇ ਲੋਕ ਨੇ ਜਿਹੜੇ ਏਜੰਸੀਆਂ ਨੇ ਟਾਸਕ ਦਿੱਤੀ ਹੁੰਦੀ ਹੈ ਨਹੀਂ ਤਾਂ ਬਹੁਤ ਵਾਰੀ ਕਿਲ ਐਂਡ ਰਨ ਹੁੰਦਾ ਹੈ ਜਿਹੜੇ ਪਹਾੜੇ ਦੇ ਟੱਟੂ ਹੁੰਦੇ ਨੇ ਸੋ ਉਹਦੇ ਵਿੱਚ ਉਹਨਾਂ ਨੇ 4 ਕਿਲੋਮੀਟਰ ਤੱਕ ਪਿੱਛਾ ਕੀਤਾ ਜੀ ਔਰ ਗੋਲੀਆਂ ਉਹ ਚਲਾਉਂਦੇ ਗਏ ਔਰ 4 ਕਿਲੋਮੀਟਰ ਦੂਰ ਜਾ ਕੇ ਉਹਨਾਂ ਦੀ ਗੱਡੀ ਜਿਹਦੇ ਵਿੱਚ ਜਿਹੜਾ ਡਰਾਈਵਰ ਪਾ ਕੇ ਲੱਗਿਆ ਉਸ ਦੇ ਟਾਇਰ ਵੱਖ ਹੋ ਗਏ ਉਹਨਾਂ ਕੋਲ ਕੋਈ ਚੁਆਇਸ ਨਹੀਂ ਸੀ ਉਹ ਖੇਤਾਂ ਦੇ ਵਿੱਚ ਦੌੜੇ ਲੇਕਿਨ ਉਹ ਫੇਰ ਵੀ ਉੱਥੇ ਪਹੁੰਚ ਗਏ ਔਰ ਲਗਭਗ 10 ਮਿੰਟ ਔਰ ਟੋਰਚਾਂ ਦੇ ਨਾਲ ਖੇਤਾਂ ਦੇ ਵਿੱਚ ਵੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ ਪਰ ਇਨ ਦਾ ਮੀਨ ਟਾਈਮ ਉਹ ਜਿਹੜੇ ਡੀਪ ਖੇਤਾਂ 'ਚ ਗਏ ਮਜ਼ਦੂਰ ਕੰਮ ਕਰਦੇ ਸੀ ਉਹਨਾਂ ਨੂੰ ਦੱਸਿਆ ਉਹ ਉਹਨਾਂ ਨੂੰ ਸੇਫਟੀ 'ਚ ਲੈ ਗਏ ਔਰ ਇਹ ਜਿਹੜਾ ਇਸ ਤਰ੍ਹਾਂ ਉਹਨਾਂ ਦਾ ਜਿਹੜਾ ਫਾਈਨਲੀ ਉਹਨਾਂ ਨੂੰ ਜਿਹੜਾ ਥੋੜਾ ਬਹੁਤ ਜ਼ਰੂਰ ਜਿਹੜਾ ਜਦੋਂ ਤੁਸੀਂ ਇਸ ਕਿਸਮ ਦੀ ਸਕਾਫਲ ਚ ਹੁੰਦੇ ਹੋ ਲੇਕਿਨ ਉਹ ਸੁਰੱਖਿਅਤ ਨਹੀਂ ਹੁਣ ਤੁਸੀਂ ਜਦੋਂ ਤੁਸੀਂ ਕਿਸੇ ਘਟਨਾਕ੍ਰਮ ਨੂੰ ਦੇਖਦੇ ਹੋ ਇੱਕ ਪਾਸੇ ਇਹ ਵਾਕਿਆ ਹੋ ਰਿਹਾ ਠੀਕ ਉਸੇ ਵੇਲੇ ਹੁਣ ਬਾਬਾ ਰਣਜੀਤ ਸਿੰਘ ਢੱਡਰੀਆਂ ਵਾਲੇ ਹੋ ਸਕਦਾ ਸਾਰੇ ਉਹਨਾਂ ਦੇ ਨਾਲ ਸਹਿਮਤ ਨਾ ਹੋਣ ਜੀ ਔਰ ਕੋਈ ਜ਼ਰੂਰੀ ਵੀ ਨਹੀਂ ਹੁੰਦਾ ਸਾਰੇ ਸਹਿਮਤ ਹੋਣ ਪਰ ਇੱਕ ਗੱਲ ਯਕੀਨੀ ਹੈ ਕਿ ਉਹ ਅਮਰਿਤਪਾਨ ਕਰਵਾਉਂਦੇ ਨੇ ਧਾਰਮਿਕ ਤੌਰ ਦੇ ਉੱਤੇ ਉਹਨਾਂ ਦੇ ਦੀਵਾਨ ਜਿਹੜੇ ਨੇ ਇਹ ਠੀਕ ਹੈ ਇੱਕ ਸਟੇਜ ਤੇ ਸ਼ੋਬਜ਼ ਵੀ ਸੀ ਜਦੋਂ ਸ਼ੁਰੂ-ਸ਼ੁਰੂ ਚ ਹੋਇਆ ਅੱਡ-ਅੱਡ ਤਰ੍ਹਾਂ ਦੇ ਉਹਨਾਂ ਨੂੰ ਕਿਉਂਕਿ ਜਿਹੜੇ ਟੀਵੀ ਚੈਨਲ ਦੂਜੇ ਤੀਜੇ ਜਿਨ੍ਹਾਂ ਨਾਲ ਕੰਟਰੈਕਟ ਹੁੰਦੇ ਨੇ ਲੇਕਿਨ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦਾ ਜਿਹਨੂੰ ਅੰਦਾਜ਼ੇ ਬਿਆਨ ਕਹਿੰਦੇ ਨੇ ਆਮ ਲੋਕਾਂ ਦੀ ਸਮਝ ਆਣ ਵਾਲਾ ਹੈ ਸਾਖੀ ਪ੍ਰਮਾਣ ਦੇ ਨਾਲ ਇਤਿਹਾਸ ਦੇ ਨਾਲ ਜੋੜ ਕੇ ਔਰ ਇਸ ਸਾਰੇ ਚ ਔਰ ਜ਼ਾਹਰ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਦੀਆਂ ਸਪੀਚਸ ਨੇ ਉਹਦੇ ਚ ਨਕਲੀ ਗੁਰੂ ਧੰਮ ਸੌਦਾ ਸਾਧਾ ਰਾਧਾ ਸਵਾਮੀ ਔਰ ਨਰੰਕਾਰੀ ਔਰ ਇਹਨਾਂ ਦੇ ਬਾਰੇ ਵੀ ਖੁੱਲ ਕੇ ਉਹ ਗੱਲ ਕਰਦੇ ਨੇ ਬਾਦਲਾ ਬਾਰੇ ਵੀ ਉਹ ਗੱਲ ਕਰਦੇ ਨੇ ਔਰ ਉਹ ਇਸ ਗੱਲ ਦੀ ਸੰਤ ਪਿੰਡਾਂ ਵਾਲਿਆਂ ਦੇ ਵਿਚਾਰਧਾਰਾ ਨੂੰ ਉਹ ਹਮੇਸ਼ਾ ਸਰਾਂਦੇ ਨੇ ਹੁਣ ਇਧਰ ਨਰਕਤਾਰੀ ਦਾ ਮੁੰਡਾ ਮਾਰਿਆ ਗਿਆ ਉਹ ਦਿੱਲੀ ਚ ਉਹਦੀ ਡੈੱਡ ਬੋਡੀ ਪਹੁੰਚੀ ਹੈ ਔਰ ਜਿਹੜਾ ਮੀਡੀਆ ਇੰਨੀ ਵੱਡੀ ਗੱਲ ਨੂੰ ਰਣਜੀਤ ਸਿੰਘ ਟਡਰੀਆ ਕੋਈ ਛੋਟੀ ਸ਼ਖਸੀਅਤ ਨਹੀਂ ਹੈ ਪੰਜਾਬ ਦੇ ਹਵਾਲੇ ਨਾਲ ਧਾਰਮਿਕ ਪਿੰਡ ਦੇ ਵਿੱਚ ਜੀ ਲੇਕਿਨ ਉਹਨਾਂ ਨੂੰ ਆਲਮੋਸਟ ਇਗਨੋਰ ਕਰਨ ਤੱਕ ਜਾਣਾ ਮੀਡੀਆ ਦਾ ਜੇ ਸੋਸ਼ਲ ਮੀਡੀਆ ਨਾ ਹੁੰਦਾ ਤੇ ਖਬਰ ਵੀ ਨਹੀਂ ਸੀ ਪਤਾ ਲੱਗਣੀ ਜੀ ਜੀ ਦੂਜੇ ਪਾਸੇ ਜਿਹੜਾ ਜਿਨੇ ਉਹ ਸਾਰਾ ਏਜੰਸੀਆਂ ਦਾ ਜਿਹੜਾ ਪੰਜਾਬ ਦੇ ਖੂਨੀ ਕਾਂਡ ਦੀ ਸ਼ੁਰੂਆਤ 1978 13 April ਨੂੰ ਜਿਹੜਾ ਸੈਕਟ ਕਰਦਾ ਅੱਜ ਜਿਵੇਂ ਉਹਨਾਂ ਨੂੰ ਪ੍ਰਮੋਟ ਕਰਕੇ ਕਿਸ ਲੈਵਲ ਤੱਕ ਪਹੁੰਚਾ ਦਿੱਤਾ ਗਿਆ ਹੈ ਕਿ ਦਿੱਲੀ ਦੇ ਵਿੱਚ ਜਿੱਥੇ ਉਹਦੀ ਡੈੱਡ ਬੋਡੀ ਪਈ ਹੈ ਉਹਦੇ ਵਿੱਚ ਜਿਹੜੇ ਉੱਥੇ ਜਾ ਕੇ ਉਹਨੂੰ ਸ਼ਰਧਾਂਜਲੀ ਦੇ ਰਹੇ ਨੇ ਉਹਨਾਂ ਚ ਯੂਨੀਅਨ ਮਿਨਿਸਟਰ ਰਾਜਨਾਥ ਸਿੰਘ ਇਹ ਹੋਮ ਮਿਨਿਸਟਰ ਵੀ ਹੈ ਪਿਊਸ਼ ਗੋਇਲ ਫਾਰਮਰ ਚੀਫ ਮਿਨਿਸਟਰ ਆਫ ਹਰਿਆਣਾ ਭੁਪਿੰਦਰ ਸਿੰਘ ਹੁੱਡਾ ਦਿੱਲੀ ਦਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਜੀ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋੜੀਆ ਇਹ ਉੱਥੇ ਪਹੁੰਚੇ ਹੋਏ ਨੇ ਔਰ ਪੂਰਾ ਕਿ ਜੀ ਬਾਬਾ ਜੀ ਆ ਤੇ ਬਾਬਾ ਜੀ ਉਹ ਹੁਣ ਇਹ ਇਧਰ ਹਮਲੇ ਦਾ ਸ਼ਿਕਾਰ ਪੰਜਾਬ ਦੀ ਮੇਨ ਲੈਂਡ ਲੁਧਿਆਣੇ ਦੀ ਉਸ ਧਰਤੀ ਦੇ ਉੱਤੇ ਦੋ ਦਰਜਨ ਤੋਂ ਜ਼ਿਆਦਾ ਜਿਹੜੇ ਹਮਲਾਵਰ ਨੇ ਉਹ ਔਰ ਮੈਂ ਹੈਰਾਨ ਐ ਵੀ ਇਹ ਵਾਕਿਆ ਵੇਲੇ ਲੋਕਲ ਅਜ ਮੋਬਾਈਲ ਫੋਨ ਨੇ ਪੁਲਿਸ ਕਿੱਥੇ ਹੈ ਜੀ ਜੀ ਉੱਥੇ ਵਾਕਿਆ ਹੁੰਦਾ ਛਬੀਲ ਤੇ ਰੋਕਿਆ ਜਾਂਦਾ ਗੋਲੀਆਂ ਚੱਲੀਆਂ ਪੰਜ ਮਿੰਟ ਉੱਥੇ ਲੱਗਦੇ ਨੇ 4 ਕਿਲੋਮੀਟਰ ਉਹਨਾਂ ਨੇ ਪਿੱਛਾ ਕੀਤਾ ਪੰਜ-ਸੱਤ ਮਿੰਟ ਉੱਥੇ ਲੱਗਦੇ ਨੇ ਔਰ ਇਸ ਸਾਰੇ ਚ ਇਸ 10 15 20 ਮਿੰਟ ਦੇ ਦੌਰ ਚ ਪੁਲਿਸ ਕਿੱਥੇ ਹੈ ਜੀ ਜੀ ਸਾਰਾ ਨਿظام ਕਿੱਥੇ ਹੈ ਸੋ ਜ਼ਾਹਰ ਹੈ ਕਿ ਵੀ ਇਹਦੇ ਪਿੱਛੇ ਕੌਣ ਹੋ ਸਕਦਾ ਉਹੀ ਜਿਨ੍ਹਾਂ ਨੇ ਇਹ ਜਿਨ੍ਹਾਂ ਦੀ ਕਲੀਅਰ ਇਨਸਟਰਕਸ਼ਨ ਸੀ ਕਿ ਵੀ ਇਸ ਆਵਾਜ਼ ਨੂੰ ਐਲੀਮੀਨੇਟ ਕਰੋ ਕਿਉਂਕਿ ਇਸ ਅਲੇ ਆਵਾਜ਼ ਦਾ ਮਤਲਬ ਸਿੱਖ ਆਵਾਜ਼ ਹੈ ਅਮਰਤਾਰੀ ਜਿਹੜੇ ਗੁਰੂ ਕੇ ਸਿੱਖਾਂ ਦੀ ਗੱਲ ਨੂੰ ਅੱਗੇ ਤੋਰਨ ਦੀ ਆਵਾਜ਼ ਹੈ ਤੇ ਜਿਹੜੇ ਲੋਕ ਇਸ ਆਵਾਜ਼ ਨੂੰ ਮਹਿਫਲ ਕਰਨਾ ਚਾਹੁੰਦੇ ਨੇ ਉਹ ਬਾਦਲ ਹੋਏ ਬਾਦਲ ਦੇ ਸਾਯੋਗੀ ਹੋਣ ਏਜੰਸੀਆਂ ਦਾ ਕੋਈ ਹੋਰ ਨੈਟਵਰਕ ਹੋਏ ਇਹ ਫਰਕ ਨਹੀਂ ਪੈਂਦਾ ਤੁਸੀਂ ਦੇਖਦੇ ਹੋ ਕਿ ਇਸ ਵੱਡੀ ਖੇਡ ਦਾ ਹਿੱਸਾ ਤੇ ਉਹੀ ਨੇ ਜਿਹੜੇ ਇਧਰ ਇਸ ਆਵਾਜ਼ ਨੂੰ ਕੁੱਟਣਾ ਚਾਹੁੰਦੇ ਨੇ ਉਹ ਉਸ ਮਰੇ ਬੰਦੇ ਨੂੰ ਜਿਸ ਦੀ ਕੋਈ ਕੰਟਰੀਬਿਊਸ਼ਨ ਕਿਸੇ ਪਾਸੇ ਨਹੀਂ ਹੈ ਉਹ ਬਹੁਤ ਵੱਡਾ ਸੈਕਟਰ ਦੇ ਨਾਲੋਂ ਵੀ ਅੱਗੇ ਵਧਾ ਕੇ ਔਰ ਇਹ ਵੀ ਆਇਆ ਕਿ ਭਾਈ ਜਿਹੜਾ ਜਦੋਂ ਉਹਨੂੰ ਫੂਕਣੇ ਚੇਅਰ ਪਰਸਨ ਆਫ ਕੈਂਪੇਨ ਕਮੇਟੀ ਪੰਜਾਬ ਕਾਂਗਰਸ ਅੰਬਿਕਾ ਸੋਨੀ will lead a delegation at the funeral of Sant Nirankari Mission chief baba hardeep singh being performed in new delhi on wednesday ye jayegi amka sony jedi ke chief hai election campaign di and disclosing this here punjab pradesh congress committee chief captain amrinder singh said that since he could not attend the funeral himself he had deputed former cm rajinder kaur patthal and jalandhar member parliament chaudhary santokh singh ਉਹ ਰਿਪਰੈਜ਼ੈਂਟ ਪੀਸੀਸੀ ਹੁਣ ਪੰਜਾਬ ਕਾਂਗਰਸ ਬੀਜਪੀ ਦਾ ਰਾਜਨਾਥ ਸਿੰਘ ਸਾਰੀ ਦੀ ਸਾਰੀ ਕਾਂਗਰਸ ਦੀ ਹਾਈ ਕਮਾਂਡ ਉੱਥੋਂ ਦੀ ਔਰ ਹੁਣ ਇਹ ਸਾਰਾ ਸਿਨੈਰੀਓ ਐਵੇਂ ਨਹੀਂ ਬਣਦਾ ਹੁਣ ਜਦੋਂ ਅਸੀਂ ਟਾਈਮਿੰਗ ਦੀ ਗੱਲ ਦੇਖਦੇ ਤੇ ਇਧਰ ਦਿੱਲੀ ਦੇ ਵਿੱਚ ਇਹ ਸਾਰੇ ਇਕੱਠੇ ਹੋ ਰਹੇ ਨੇ ਲੁਧਿਆਣੇ ਚ ਕੀ ਸਿਨੈਰੀਓ ਔਰ ਇਹ ਖਬਰ ਤੁਸੀਂ ਥੋੜਾ ਜਿਹਾ মিডিਆ ਨੂੰ ਤੁਸੀਂ ਧਿਆਨ ਨਾਲ ਦੇਖੋ ਤੁਹਾਨੂੰ ਗੱਲ ਸਮਝ ਆ ਜਾਂਦੀ ਹੈ ਕੋਈ ਦੇ ਲਈ ਕੋਈ ਜਿਹੜਾ ਉਹ ਜੋਤਿਸ਼ ਗਿਆਨ ਉਹ ਨਹੀਂ ਹੁੰਦਾ ਹੁੰਦਾ ਵੀ ਨਹੀਂ ਕੋਈ ਵੀ ਜੋਤਿਸ਼ ਜੀ ਇਹ ਬਾਦਲ ఓਪਨਸ ਮੈਗਾ ਸੋਗਰ ਸੋਲਰ ਪਲਾਂਟ ਐਟ ਰਾਧਾ ਸੁਆਮੀ ਡੇਰਾ ਹੁਣ ਪ੍ਰਕਾਸ਼ ਸਿੰਘ ਬਾਦਲ ਰਾਧਾ ਸੁਆਮੀਆ ਦੇ ਡੇਰੇ ਬਿਆਸ ਬੈਠਾ ਰঞ্জੀਤ ਸਿੰਘ ਢੱਡਰੀਆ ਅੰਡਰ ਅਟੈਕ ਹੈ ਨਰਗਤਾਰੀ ਨੂੰ ਜਿਹੜਾ ਉਹ ਨੈਕਸਟ ਟੂ ਗੋਡ ਬਣਾ ਦਿੰਦਾ ਹੈ ਔਰ ਉਧਰ 250 ਫੁੱਟ ਉੱਚਾ ਜਿਹੜਾ ਬੁੱਤ ਵੀ ਲਾਣਾ ਆਮ ਆਦਮੀ ਪਾਰਟੀ ਨੇ ਸਰਕਾਰ ਬਣਾ ਕੇ ਪੰਜਾਬ ਦੇ ਵਿੱਚ ਜੀ ਔਰ ਇੱਥੇ its world's largest single rooftop solar plant solar power plant will motivate other states to provide clean green energy ਉਹਨਾਂ ਨੇ ਕਿਹਾ ਜੀ ਇਹ ਜਿਹੜਾ ਅਸੀਂ ਇਹ ਪਲਾਂਟ ਇਹ ਬਾਦਲ ਉਹਦਾ ਉਦਘਾਟਨ ਕਰ ਰਹੇ ਵਿਕਰਮ ਮਜੀਠੀਆ ਜਿਹੜਾ ਕਿ ਉਸ ਦਾ ਮਹਿਕਮੇ ਦਾ ਇੰਚਾਰਜ ਆ ਉਹਨਾਂ ਨੇ ਕਿਹਾ 40 ਏਕੜ ਜ਼ਮੀਨ ਦੇ ਵਿੱਚ ਜਿਹੜੀ ਬਹੁਤ ਸਾਰੀ ਆਮ ਗਰੀਬ ਸਿੱਖ ਕਿਸਾਨਾਂ ਤੋਂ ਖੋਈ ਹੋਈ ਹੈ ਥਰੋ ਅਵੇ ਪ੍ਰਾਈਸ ਦੇ ਉੱਤੇ ਉਹਨਾਂ ਤੋਂ ਕਰ ਕਰਾ ਕੇ ਉਹਨਾਂ ਨੇ ਸਾਰਾ ਉਬਿਆਸ ਤੋਂ ਉਸ ਇਲਾਕੇ ਦੇ ਉੱਤੇ ਹੀ ਆਪਣੀ ਜ਼ਗੀਰ ਬਣਾਈ ਹੋਈ ਹੈ ਜੀ ਔਰ ਉਹਨਾਂ ਨੇ ਕਿਹਾ ਜੀ ਅਸੀਂ 40 ਏਕੜ ਦੇ ਪਾਵਰ ਜਨਰੇਸ਼ਨ ਕਪੈਸਿਟੀ 11.5 ਮੈਗਾਵਾਟ ਜਿਹੜਾ ਕਰੇਗਾ ਔਰ ਉਹਦੇ ਚ ਉਹਨੇ ਬਾਦਲ ਨੇ ਐਲਾਨ ਕੀਤਾ ਔਰ ਰਾਧਾ ਸਵਾਮੀਆ ਦੇ ਡੇਰੇ ਚ ਖਲੋ ਕੇ ਐਲਾਨ ਕੀਤਾ ਕਿ ਜੀ ਇਹ ਜਿਹੜਾ ਪਹਿਲਾਂ ਅਸੀਂ ਗ੍ਰੀਨ ਰੈਵੋਲੂਸ਼ਨ ਲਿਆਂਦਾ ਹੁਣ ਪੰਜਾਬ ਜਿਹੜਾ ਗ੍ਰੀਨ ਪਾਵਰ ਰੈਵੋਲੂਸ਼ਨ ਕਿ ਅਸੀਂ ਗ੍ਰੀਨ ਪਾਵਰ ਸੋਲਰ એનર્ਜੀ ਕਰਾਂਗੇ ਔਰ ਇਹ 139 ਕਰੋੜ ਦਾ ਪ੍ਰੋਜੈਕਟ ਜਿਹੜਾ ਇਸ ਆਲਸੋ ਇੰਡੀਆਜ਼ ਲਾਰਜੈਸਟ ਸੋਲਰ ਪਾਵਰ ਪਲਾਂਟ ਜਿਹੜਾ ਕਿ ਇੰਨੀ ਬਿਜਲੀ ਜਨਰੇਟ ਕਰੇਗਾ ਔਰ ਉਹਨਾਂ ਨੇ ਰਾਧਾ ਸਵਾਮੀ satsang bias education and environment society ਜਿਹੜੀ ਕਿ ਪੰਜਾਬ એનર્ਜੀ ਡਿਵੈਲਪਮੈਂਟ ਏਜੰਸੀ ਦੇ ਨਾਲ ਕਲੈਬੋਰੇਟ ਕਰਕੇ ਇਸ ਨੂੰ ਕਰ ਰਹੀ ਹੈ ਇਹਨਾਂ ਸਾਰਿਆਂ ਦਾ ਥੈਂਕ ਯੂ ਕੀਤਾ ਹੁਣ ਤੁਸੀਂ ਦੇਖੋ ਵੀ ਰਾਧਾ ਸਵਾਮੀਆ ਦਾ ਵੀ ਹੋ ਗਿਆ ਔਰ ਜਿਹੜੀ ਖਬਰ ਅਸੀਂ ਪਿਛਲੇ ਦਿਨਾਂ ਚ ਕਿਉਂਕਿ ਇੰਨੀਆਂ ਕਈ ਵਾਰੀ ਇੰਪੋਰਟੈਂਟ ਨਿਊਜ਼ ਹੁੰਦੀਆਂ ਉਹਨਾਂ ਰਹਿ ਜਾਂਦੇ ਆ ਕੋਈ ਨਾ ਕੋਈ ਹੋਰ ਮੇਜਰ ਖਬਰ ਸੀ ਹੋਰ ਚੈਨਲਸ ਤੇ ਜਾਂ ਦੂਸਰੇ ਅਸੀਂ ਆਪਣੀਆਂ ਲਿਖਤਾਂ ਹੀ ਡਿਸਕਸ ਕੀਤੀ ਕਿ ਕਿਵੇਂ ਪੰਜਾਬ ਦੇ ਵਿੱਚ ਗਊ ਨੂੰ ਪ੍ਰੋਟੈਕਟ ਕਰਨ ਦੇ ਲਈ ਕਿਸ ਲੈਵਲ ਦੇ ਉੱਤੇ ਜਿਹੜਾ ਸੀਵਰਲ ਆਈਟਮਸ ਦੇ ਉੱਤੇ ਟੈਕਸ ਲਾਇਆ ਜਾ ਰਿਹਾ ਹੈ ਤਾਂ ਕਿ ਗਊ ਸ਼ਾਲਾਵਾਂ ਜਿਨ੍ਹਾਂ ਦੇ ਦਰਵਾਜ਼ੇ ਦੋਨੋਂ ਪਾਸਿਓਂ ਖੁੱਲੇ ਹੁੰਦੇ ਨੇ ਤੁਸੀਂ ਗਾਂ ਲੈ ਕੇ ਜਾਂਦੇ ਹੋ ਉਹਨੇ ਇੱਕ ਪੈਸਿਵ ਸਰਕਾਰ ਪਿੱਛਲਾ ਦਰਵਾਜ਼ਾ ਖੋਲ੍ਹਿਆ ਹੁੰਦਾ ਉਹਨਾਂ ਨੇ ਗਾਂ ਉਸ ਦਰਵਾਜ਼ੇੋਂ ਬਾਹਰ ਉਹ ਸ਼ੈਲਟਰ 'ਚ ਵੀ ਨਹੀਂ ਹੁੰਦੀਆਂ ਲੇਕਿਨ ਕਾਉਂਸਲ ਜਿਹੜੀ ਹੈ ਬੀਜੇਪੀ ਦਾ ਹੈ ਲੋਕਲ ਬਾਡੀਜ਼ ਨੂੰ ਮਿਸਟਰ ਐਲਾਨ ਕਰ ਰਹੇ ਕਿ ਵੀ ਅਸੀਂ ਇੱਕ ਗਾਂ ਟੈਕਸ ਲਾ ਰਹੇ 1000 ਰੁਪਇਆ ਜਿਹੜਾ ਕੋਈ 4 ਵੀਲਰ ਲਏਗਾ ਉਹਦੇ ਤੇ ਗਾਂ ਮਾਤਾ ਦੇ ਨਾਂ ਤੇ 500 ਜਿਹੜਾ 2 ਵੀਲਰ ਦੇ ਲੈਂਡ ਦੇ ਉੱਤੇ 100 ਜਿਹੜਾ ਔਇਲ ਟੈਂਕਰ ਦੇ ਉੱਤੇ 2 ਪੈਸੇ ਪਰ ਯੂਨਿਟ ਇਲੈਕਸਿਟੀ ਕੰਜ਼ਮਪਸ਼ਨ ਦੇ ਉੱਤੇ 1000 ਜਿਹੜਾ ਔਨ ਬੁਕਿੰਗ ਆਫ ਏਸੀ ਹਾਲ ਆਫ ਮੈਰਿਜ ਪੈਲੇਸ ਉਨ ਜਦੋਂ ਵਿਆਹ ਵੀ ਹੋਣਾ ਹੈ ਜੋੜੀ ਦਾ ਉਹਦੇ ਚ ਵੀ ਗਾਂ ਮਾਤਾ ਦਾ ਹਿੱਸਾ ਉਹਦੇ ਚ ਰੱਖਿਆ ਹੋਇਆ ਹੈ 1000 ਰੁਪਈਆ 500 ਜਿਹੜਾ ਉਹਨ ਬੁਕਿੰਗ ਆਫ ਨਾਨ ਏਸੀ ਹਾਲ ਦੇ ਤੋ 에어 ਕੰਡੀਸ਼ਨਰ ਨਹੀਂ ਵੀ ਹੈ ਉਹਨਾਂ ਨੇ ਕਿਹਾ ਜੇ 에어 ਕੰਡੀਸ਼ਨਰ ਹੈ ਉਹ ਵੀ ਗਾਂ ਮਾਤਾ ਨੂੰ ਦਿਓ ਨਾਲ ਔਰ ਜੇ ਨਹੀਂ ਵੀ ਹੈ ਉਹਦੇ ਤੇ ਵੀ ਜੋ ਰੁਪੀਸ 1 ਪਰ ਸੀਮੈਂਟ ਬੈਗ ਉਹ ਤੁਹਾਡੇ ਘਰਾਂ ਚ ਵੀ ਗਾਂ ਮਾਤਾ ਦਾ ਟੈਕਸ ਹੈ ਜਿਹੜਾ ਇੱਕ ਸੀਮੈਂਟ ਦਾ ਝੋਲਾ ਤੁਸੀਂ ਲਓਗੇ 1 ਰੁਪਈਆ ਉਹਦੇ ਸ ਜਾਏਗਾ ਔਰ ਫਿਰ ਗਾਂ ਮਾਤਾ ਨੂੰ ਇਹ ਨਹੀਂ ਹੈ ਕਿ ਵੀ ਉਹ ਵੈਜੀਟੇਰੀਅਨ ਹੈ ਸ਼ਰਾਬ ਦਾ ਟੈਕਸ ਆ ਜਾਏ ਕੋਈ ਮਾੜੀ ਗੱਲ ਤਾਂ ਨਹੀਂ ਹੈ ਰੁਪੀਏ 10 ਪਰ ਬੋਟਲ ਆਫ ਇੰਡੀਅਨ ਮੇਡ ਫੋਰਨ ਰਿਕਵਰ ਲਿਖ ਕੇ ਜਿਹੜੀ ਬਾਹਰ ਲਈ ਲਿਖ ਕਰ ਹੈ ਉਹਦੇ ਤੇ ਵੀ ਗਾਂ ਮਾਤਾ ਨੂੰ ਜਿਹੜਾ ਹੈ ਉਹ 10 ਰੁਪਈਆ ਜਾਣਗੇ ਐਂਡ ਰੁਪੀਏ 5 ਪਰ ਬੋਟਲ ਔਨ ਪੰਜਾਬ ਮੀਡੀਅਮ ਲਿਖ ਕਰ ਮਾਤਾ ਨੂੰ ਨਹੀਂ ਫਰਕ ਪੈਂਦਾ ਵੀ ਸ਼ਰਾਬ ਅੰਗਰੇਜ਼ੀ ਹੈ ਕਿ ਦੇਸੀ ਹੈ ਉਹਦੇ ਚੋਂ ਪੈਸੇ ਘਟ ਗਏ ਜਦੋਂ ਤੁਸੀਂ ਘੱਟ ਦੇਦੇ ਹੋ ਜੇ ਦੇਸੀ ਪੀਂਦੇ ਹੋ ਜੀ ਹੁਣ ਇਹ ਜਿਹੜਾ ਉਹਨਾਂ ਨੇ ਕਿਹਾ ਉਹਨੇ ਮਨਿਸਟਰ ਨੇ ਬੀਜੇਪੀ ਦੇ ਨੇ ਕਿ ਜੀ 154 ਮਿਊਨਿਸਪਲ ਕਾਉਂਸਲਸ ਨੇ ਜਨਨੂ ਅਸੀਂ ਆਰਡਰ ਦਿੱਤੇ ਔਰ 25 ਮਈ ਤੱਕ ਨੋਟੀਫਿਕੇਸ਼ਨ ਜਿਹੜਾ ਹੈ ਇਸ ਬਾਰੇ ਲਾਗੂ ਹੋਏਗਾ ਔਰ ਇਹਦੇ ਨਾਲ ਉਹਨਾਂ ਨੇ ਕਿਹਾ ਜੀ ਅਸੀਂ 100 ਕਰੋੜ ਰੁਪਈਆ ਸਾਲ ਦੇ ਵਿੱਚ ਇਹ ਗਾਂ ਮਾਤਾ ਟੈਕਸ ਜਿਹੜਾ ਹੈ ਮੈਰਿਜ ਪੈਲੇਸਸ ਤੋਂ ਲੈ ਕੇ ਔਰ ਸ਼ਰਾਬ ਤੱਕ ਹੈ ਇਸ 100 ਕਰੋੜ ਰੁਪਈਆ ਜਿਹੜਾ ਉਹ ਗਾਂ ਮਾਤਾ ਦੇ ਹਵਾਲੇ ਹੋਏਗਾ ਔਰ ਇਹ ਗਊ ਸੇਵਾ ਕਮਿਸ਼ਨ ਨੇ ਕਿਹਾ ਕਿ ਜੀ 2 ਲੱਖ 69 ਹਜ਼ਾਰ گاਵਾਂ ਨੇ ਔਰ 5472 ਸ਼ੈਲਟਰਸ ਨੇ ਔਰ ਇਨੀਆਂ ਜੜੀਆਂ ਨੇ ਵਾਧੂ گاਵਾਂ ਨੇ ਸੋ ਇਹ ਮਿਲਾ ਕੇ ਹੁਣ ਤੁਸੀਂ ਇਹਨਾਂ ਸਾਰੀਆਂ ਖਬਰਾਂ ਨੂੰ ਮਿਲਾ ਲਓ ਕਿ ਭਈ ਇਧਰ 100 ਕਰੋੜ ਪ੍ਰੋਟੈਕਸ਼ਨ ਦੇ ਲਈ ਜਿਹਦੇ ਚ ਹਰ ਟੈਕਸਪੇਅਰ ਜਿਹੜਾ ਉਹ ਹੋਰ ਟੈਕਸ ਦੇਗਾ ਗਾਂਵਾਤਾ ਦੇ ਨਾਂ ਤੇ ਤੁਹਾਡੀ ਧਾਰਮਿਕ ਆਜ਼ਾਦੀ ਖੁੱਲ ਕੇ ਗੱਲ ਕਰਨ ਦੇ ਹੱਕ ਨੂੰ ਏਜੰਸੀਆਂ ਦੇਸ਼ ਤਰੋ ਬਣਾ ਦੇਣ ਔਰ ਹੁਣ ਡਾਇਰੈਕਟ ਜਾਣ ਲੇਵਾ ਹਮਲੇ ਦੇ ਨਾਲ ਜਿਹੜਾ ਉਹਨਾਂ ਨੇ ਮੈਸੇਜ ਵੀ ਦੇ ਦਿੱਤਾ ਇਹਦਾ ਕੀ ਇੰਪੈਕਟ ਹੋਏਗਾ ਦੋਨੋਂ ਤਰ੍ਹਾਂ ਹੋ ਸਕਦਾ ਜੀ ਇੱਕ ਹੈ ਵੀ ਆਵਾਜ਼ ਹੋਰ ਖੁੱਲ ਕੇ ਆ ਸਕਦੀ ਹੈ ਇਕੱਲੇ ਉਹਨਾਂ ਦੀ ਨਹੀਂ ਬਾਕੀਆਂ ਦੇ ਵੀ ਇੱਕ ਹੈ ਵੀ ਫੇਅਰ ਪੈਦਾ ਹੋ ਜਾਏ ਔਰ ਦੂਸਰੇ ਪਾਸੇ ਨਰੰਕਾਰੀ ਸੈਕਟ ਜਿਹੜਾ ਹੈ ਇਸ ਵੇਲੇ ਵਾਪਸ ਉਹਨਾਂ ਨੇ ਉਹਨੂੰ ਵਰਡ ਸਟੇਜ ਦੇ ਉੱਤੇ ਸਥਾਪਿਤ ਕਰਨ ਦੇ ਨਾਂ ਥੱਲੇ ਔਰ ਉਹ ਹੁਣ ਮਰ ਗਿਆ ਉਹਦੀ ਕੁੜੀ ਜਿਹੜੀ ਹੈ ਜਿਹਦਾ ਘਰ ਵਾਲਾ ਮਰ ਗਿਆ ਨਾਲ ਹੀ ਹਾਲਾਂ ਪਤਾ ਨਹੀਂ ਇਹ ਗੱਲ ਕਿੰਨੀ ਠੀਕ ਹੈ ਪਰ ਇਹ ਸੋਸ਼ਲ ਮੀਡੀਆ ਤੇ ਇਹ ਵੀ ਹੈ ਇਹ ਤਾਂ ਹੁਣ ਜਿਨ੍ਹਾਂ ਨੇ ਇੱਥੇ ਪੋਸਟਮਾਰਟਮ ਕੀਤਾ ਹੋਗਾ ਕੈਨੇਡਾ ਚ ਉਹਨਾਂ ਦਾ ਪਤਾ ਨਹੀਂ ਕਰਨ ਵੀ ਦਿੱਤਾ ਹੈ ਕਿ ਨਹੀਂ ਲੇਕਿਨ ਇਹ ਖਬਰ ਇਹ ਹੈ ਵੀ ਸਾਰੇ ਜਿਹੜੇ ਕਾਰ ਦੇ ਵਿੱਚ ਸੀ ਉਹ ਸਾਰੇ ਡਰੰਕ ਸੀ ਜੀ ਔਰ ਇਹ ਇੱਕ ਕਾਰਨ ਹੈ ਕਿ ਵੀ ਉਹ ਓਵਰ ਸਪੀਡ ਕਰ ਰਹੇ ਓਵਰ ਸਪੀਡਿੰਗ ਦੀ ਖਬਰ ਤਾਂ ਪਹਿਲੇ ਦਿਨ ਹੀ ਆ ਗਈ ਸੀ ਪਰ ਜਦੋਂ ਇਸ ਕਿਸਮ ਦਾ ਹੋਏ ਫਿਰ ਥੋੜੇ ਚਾਰ ਨਾਲ ਐਕਸਲੇਟਰ ਵੀ ਦੱਬਿਆ ਜਾਂਦਾ ਹੈ ਤੇ ਗੱਡੀਆਂ ਵੀ ਵਧੀਆਂ ਨੇ ਤੇ ਕੰਟਰੋਲ ਵੀ ਨਹੀਂ ਰਹਿੰਦਾ ਸੋ ਕੁੱਲ ਮਿਲਾ ਕੇ ਹੁਣ ਉਹਦੀ ਉਹ ਕੁੜੀ ਜਿਹੜਾ ਮਰ ਗਿਆ ਜਿਹਦਾ ਹਸਬੰਡ ਉਹ ਬਾਬੀ ਬਣੇਗੀ ਬਾਬੇ ਦਾ ਤਾਂ ਫਿਰ ਬਾਬੀ ਹੋ ਗਿਆ ਨਾ ਔਰ ਉਹ ਪ੍ਰਾਪਰਟੀਆਂ ਬੜਾਈਆਂ ਹੋਈਆਂ ਨੇ ਪਰਸਨਲ ਸਾਰੀ ਲਾਈਨ ਹੈ ਹੁਣ ਇਸ ਸਾਰੇ ਚੋਂ ਕੀ ਨਿਕਲਦਾ ਹੈ ਇਨ ਦਾ ਐਂਡ ਹਿੰਸਾ 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 ਜੀ ਬੇਵਕੂਫੀ ਔਰ ਪੰਜਾਬ ਚ ਉਸ ਹਿੰਸਾ ਦਾ ਬਹਾਨਾ ਬਣਾ ਕੇ ਕੀ ਹੋਏਗਾ ਜੇ ਲੋਕ ਜੋ ਬਣਾ ਦਿੰਦਾ ਹੈ ਪਹਿਲਾਂ ਤਾਂ ਬਹੁਤ ਘਟ ਚਾਂਸ ਲੱਗਦੇ ਨੇ ਕਿ ਚੋਣਾਂ ਦਾ ਕੇ ਪਹੁੰਚਣ ਵੀ ਦੇਣਗੇ ਹੋਣਗੇ ਆ ਬਹੁਤ ਹਿੰਸਕ ਹੋਣਗੀਆਂ ਲੋਕ ਜਿਹੜੇ ਨੇ ਜਿਹੜੀਆਂ ਡਾਈਸੈਂਟਿੰਗ ਆਵਾਜ਼ਾਂ ਨੇ ਪੰਥਕ ਨੂੰ ਦਵਾ ਦਿੱਤੀਆਂ ਜਾਣਗੀਆਂ ਇਸ ਕਿਸਮ ਦੇ ਪ੍ਰਮੋਟ ਹੋਣਗੇ ਔਰ ਜੇ ਉਹਨਾਂ ਦੇ ਨਰੰਕਾਰੀ ਦੀ ਤਾਰੀਫ਼ ਦੇ ਵਿੱਚ ਕੇਜਰੀਵਾਲ ਕਹਿੰਦਾ ਹੈ ਕਿ ਜੀ ਤੁਸੀਂ ਸਾਡੀ ਮਦਦ ਕੀਤੀ ਸੀ ਦਿੱਲੀ ਦੇ ਵਿੱਚ ਸਰਕਾਰ ਸਾਡੀ ਬਣਾਉਣ 'ਚ ਬਹੁਤ ਯੋਗਦਾਨ ਪਾਇਆ ਸੋ ਪੰਜਾਬ ਦੇ ਵਿੱਚ ਰਾਧਾ ਸਵਾਮੀਆ ਦੇ ਡੇਰੇ 'ਚ ਦੁਨੀਆਂ ਦਾ ਸਭ ਤੋਂ ਵੱਡਾ ਸੋਲਰ ਪਾਵਰ ਪਲਾਂਟ ਲਾ ਕੇ ਰਾਧਾ ਸਵਾਮੀ ਵੀ ਨਾਲ ਨੇ ਨਰੰਕਾਰੀਆਂ ਦੇ ਜਿਹੜਾ ਜਾ ਕੇ ਜਿਹੜਾ ਸਾਰੇ ਉੱਥੇ ਵੀ ਹਾਜ਼ਰੀ ਲਵਾ ਰਹੇ ਨੇ ਤੇ ਬਾਬਾ ਰਣਜੀਤ ਸਿੰਘ ਨੇ ਟ੍ਰੀਆਂ ਨੂੰ ਜਿਹੜਾ ਇਸ ਕਦਰ ਇਸ ਸਾਰੇ ਚੋ ਗੁਜ਼ਾਰ ਕੇ ਮੈਸੇਜ ਕੀ ਦਿੱਤਾ ਗਿਆ ਇਹਨੂੰ ਕਹਿੰਦੇ ਨੇ ਕਿ ਸਭ ਤੋਂ ਸਟਰੋਂਗ ਨੂੰ ਹੱਥ ਪੋਕੋ ਸਭ ਤੋਂ ਵੋਕਲ ਔਰ ਬਹੁਤ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੇ ਐਡਮਾਇਰਰ ਨੇ ਦੇਸ਼ ਵਿਦੇਸ਼ ਔਰ ਮੈਂ ਅੱਜ ਹੋਰ ਕੁਝ ਵੀ ਨਹੀਂ ਕਰ ਸਕਿਆ ਸوير ਦਾ ਕਾਲਾਂ ਦਾ سلسلہ ਹਰ ਕੋਈ ਜਾਣਕਾਰੀ ਵੀ ਲੈਣਾ ਚਾਹੁੰਦਾ ਸੀ ਔਰ ਮੈਂ ਸਾਰੇ ਵੀਰਾਂ ਭੈਣਾਂ ਦਾ ਧੰਨਵਾਦ ਵੀ ਕਰਦਾ ਜਿਨ੍ਹਾਂ ਦਾ ਟੈਕਸਟ ਮੈਸੇਜ ਆਇਆ ਜਾਂ ਦੂਜੇ ਉਹਨਾਂ ਨੂੰ ਮੈਂ ਕਿਹਾ ਵੀ ਕੀਪ ਮੀ ਪੋਸਟਿਡ ਕਿ ਮੈਂ ਹਰ ਥਾਂ ਤੇ ਨਹੀਂ ਮੈਨੂੰ ਜਾਣਕਾਰੀ ਹੈ ਔਰ ਬਹੁਤ ਸਾਰੀ ਜਾਣਕਾਰੀ ਆਵਰਲੀ ਬੇਸ ਤੇ ਵੀ ਆਉਂਦੀ ਰਹੀ ਪਰ ਹੈਰਾਨੀ ਸੀ ਕਿ ਕੋਈ ਵੀ ਜਿਹੜੀ ਮੇਨ ਸੋਰਸ ਤੋਂ ਜਿਹੜੇ ਵੱਡੇ ਵੱਡੇ ਇਹਨਾਂ ਦੇ ਈਵਨ ਨੈਟਵਰਕ ਬਣਾਏ ਹੋਏ ਨੇ ਉਹ ਯਸ ਪੰਜਾਬ ਹੈ ਬਾਦਲਾ ਹਾਲੇ ਪਹਿਲੀ ਖਬਰ ਮੈਂ ਉੱਥੋਂ ਹੀ ਮੇਰਾ ਸੋਰਸ ਸੀ ਜਦੋਂ ਕਿ ਇੱਕ ਸਾਡੇ ਐਡਮਾਇਰਰ ਨੇ ਭੇਜੀ ਸਾਨੂੰ ਖਬਰ ਪਰ ਮੈਂ ਦੇਖਿਆ ਵੀ ਉਹ ਅਪਡੇਟ ਨਹੀਂ ਹੋਈ ਉਸ ਤੋਂ ਬਾਅਦ ਹੋਰ ਖਬਰਾਂ ਆ ਗਈਆਂ ਉਹ ਉੱਥੇ ਕੀ ਖੜੀ ਹੈ ਔਰ ਇਹ ਸਾਰਾ ਪਾਰਟ ਦੱਸਦੇ ਕਿ ਇਸ ਦੇ ਪਿੱਛੇ ਕੌਣ ਹੈ ਜੀ ਡਾਕਟਰ ਸਾਹਿਬ ਤੁਹਾਨੂੰ ਜਵਾਬ ਮਿਲ ਗਿਆ ਕਿੰਨੇ ਸਵਾਲ ਮਿਲ ਗਿਆ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਨਾਲਾ ਨੇ ਪ੍ਰੇਕ ਈਅਰਸ ਦਸਨ ਇਸ ਤਰ੍ਹਾਂ ਮੈਨੇ ਰ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ